मोदी साहब अड़ब ने जा उना दा प्लान कुछ होर लग रहा है कि पंजाब दा किसान जे इस तरह सड़कां दे उत्ते चप्पे चप्पे ते बैठा है ता दिल्ली क्यों नहीं हिल पा रही। हुण गल कानून दी नहीं गल संघर्ष ते आ गई। कानून तो अगे जथेबंदियां ने पंजाब दे किसानां दे संघर्ष वढ़ लिया। कानून दे विच तां इह वी है नहीं रिलायंस दा असीं पंप नहीं बंद करा सकदे। कानून दे विच तां इह वी है नहीं असीं टोल प्लाजा बंद करा दईए। असीं कानून तो अगे संघर्ष वढ़िया। संघर्ष दे विच करो जां मरो वाली गल आ जांदी। ਪੰਜਾਬ ਦੀਆਂ ਔਰਤਾਂ ਮੋਦੀ ਦੇ ਤਖਤ ਦੇ ਪਾਵੇ ਹਲਾਉਣ ਦੀ ਹੁਣ ਤਾਕਤ ਰੱਖਦੀਆਂ ਕਿ ਜੇ ਉਤਰੇ ਆਈਆਂ ਤਾਂ ਉਹ ਹਲਾ ਦੇਣਗੀਆਂ। ਨੈਸ਼ਨਲ ਮੀਡੀਆ ਜਿਹੜਾ ਉੱਥੇ ਕੋਈ ਗੱਲਬਾਤ ਹੀ ਨਹੀਂ ਹੋ ਰਹੀ। ਉੱਥੇ ਕੋਈ ਪ੍ਰਸ਼ਾਂਤ ਦੀ ਡੈਥ ਹੋ ਗਈ ਉਹਤੇ ਚਰਚਾ ਹੋ ਰਹੀ ਹੈ, ਕਿਤੇ ਐਕਟਸ ਤੇ ਚਰਚਾ ਹੋ ਰਹੀ ਹੈ, ਮਤਲਬ ਬਲੈਕਆਊਟ ਕਰ ਰਹੇ ਨੇ। ਬੀਜੇਪੀ ਦੇ ਚੁਣੇ ਨੁਮਾਇੰਦੇ ਤੇ ਉਹਨਾਂ ਦੇ ਲੀਡਰ ਨਹੀਂ ਬਣਨ ਦੇਣੇ, ਬਾਕੀਆਂ ਬਾਰੇ ਨਹੀਂ ਕਿਹਾ। ਇਹਨਾਂ ਦੇ ਝੰਡਿਆਂ ਥੱਲੇ ਬਹੁਤ ਜ਼ਿੰਦਗੀ ਗੁਜ਼ਾਰ ਲਈ, ਇਹ ਹੁਣ ਕਿਸਾਨੀ ਦੇ ਝੰਡੇ ਥੱਲੇ ਆਉਣ। ਸਰਕਾਰਾਂ ਦੇ ਸਹਾਰੇ ਨਹੀਂ ਰਹਿਣਾ, ਕਿਉਂਕਿ ਪਾਣੀ ਦੇ ਮੁੱਦਿਆਂ ਤੇ ਵੀ ਅੱਗੇ ਕੇਸ ਚਲਾਏ ਨੇ। ਇਹ ਮੁੱਦਾ ਪਾਣੀ ਦੇ ਉਹ ਅਜੇ ਵੀ ਲਟਕ ਰਹੇ ਨੇ ਜੀ, ਪਰ ਜਿਹੜਾ ਇਹ ਮੁੱਦਾ ਲਟਕਣ ਵਾਲਾ ਨਹੀਂ ਹੈਗਾ, ਇਹਦਾ ਫੌਰਨੀ ਐਕਸ਼ਨ ਲੈਣਾ ਪੈਣਾ। ਔਰਤਾਂ ਨੂੰ ਸਭ ਤੋਂ ਵੱਧ ਉਹਨਾਂ ਤੇ ਅਸਰ ਅੰਦਾਜ਼ ਹੈ, ਉਹਨਾਂ ਦੀ ਮੌਤ ਦੇ ਵਰੰਟ ਹੈ। ਉਹਨਾਂ ਦਾ ਘਰ ਨਾ ਬਚਿਆ, ਉਹਨਾਂ ਦੀ ਰਸੋਈ ਨਾ ਬਚੀ, ਉਹਦਾ ਪਿੰਡ ਨਾ ਬਚਿਆ, ਉਹਦਾ ਪੰਜਾਬ ਨਾ ਬਚਿਆ, ਉਹਦਾ ਹਿੰਦੁਸਤਾਨ ਨਾ ਬਚਿਆ। ਇਹ ਸਾਰਾ ਕੁਝ ਇੰਟਰਕਨੈਕਟਡ ਹੈ, ਚਾਹੇ ਇਹ ਕਾਨੂੰਨ ਹੋਣ, ਚਾਹੇ ਉਹ ਘਟਨਾਵਾਂ ਹੋਣ, ਚਾਹੇ ਪੂਰੀ ਜਿਸ ਤਰ੍ਹਾਂ ਕਮਿਊਨਲਿਜ਼ਮ ਨੂੰ ਵਧਾਵਾ, ਇਹ ਇੰਟਰਕਨੈਕਟਡ ਹੈ। ਬਿਲਕੁਲ ਬਿਲਕੁਲ ਇੰਟਰਕਨੈਕਟਡ ਹੈ। ਦੇਖੋ ਇੱਕ ਪਾਸੇ ਔਰਤਾਂ ਤੇ ਹਮਲਾ, ਉਹਨਾਂ ਦੀ ਇੱਜ਼ਤ ਤੇ ਹਮਲਾ, ਦੂਜਾ ਕਿ ਗਰੀਬ ਤੇ ਜਿਹੜੀਆਂ ਨੀਵੀਂ ਜਾਤੀ ਵਾਲੇ ਉਹਨਾਂ ਤੇ ਹਮਲਾ, ਦੂਜੇ ਪਾਸੇ ਕਿਸਾਨਾਂ ਤੇ ਜਿਹੜੇ ਕਿਰਤੀ ਨੇ ਉਹਨਾਂ ਤੇ ਹਮਲਾ। ਜੇ ਮੋਦੀ ਨੇ ਵਿਆਹ ਕਰਵਾ ਲਿਆ ਸੀ, ਉਹਨੇ ਘਰ ਵਸਾਇਆ ਹੁੰਦਾ, ਇੱਕ ਔਰਤ ਦੀ ਰਾਇ ਲਈ ਹੁੰਦੀ, ਤਾਂ ਦੇਸ਼ ਦੇ ਅੱਜ ਹਾਲਾਤ ਇਹ ਨਹੀਂ ਸੀ ਹੋਣੇ। ਨੌਜਵਾਨ ਮੇਰੇ ਪੁੱਤਰਾਂ ਦੇ ਹਮਲਾ, ਜਿਨ੍ਹਾਂ ਨੂੰ ਨਸ਼ੇ ਦੇ ਵਿੱਚ ਇਹਨਾਂ ਦੇ ਉਸਰੀਆਂ ਅਟਾਰੀਆਂ ਤੇ ਸਾਡੇ ਮੁੰਡਿਆਂ ਦੇ ਨਿੱਤ ਸਿਵੇ ਪਲਦੇ ਆ। ਪੂਰੇ ਸੂਬੇ ਦੇ ਵਿੱਚ ਰਿਲਾਇੰਸ ਦੇ ਪੰਪਾਂ ਦਾ ਤੇ ਅੰਬਾਨੀ ਤੇ ਅਡਾਨੀਆਂ ਦਾ ਵਿਰੋਧ ਹੋ ਰਿਹਾ। ਉਸੇ ਦੇ ਤਹਿਤ ਜਥੇਬੰਦੀਆਂ ਪੰਜਾਬ ਦੇ ਵੱਖ ਵੱਖ ਥਾਵਾਂ ਦੇ ਉੱਤੇ ਮੋਰਚੇ ਲਾ ਕੇ ਡਟੀਆਂ ਹੋਈਆਂ, ਦਿਨ ਰਾਤ ਇਹ ਮੋਰਚੇ ਚੱਲ ਰਹੇ ਹੈ। ਅਸੀਂ ਲੁਧਿਆਣਾ ਤੋਂ ਜਗਰਾਓ ਜਾਂਦੇ ਹਾਂ, ਮੁੱਲਾਂਪੁਰ ਤੋਂ ਪਹਿਲਾਂ ਰਿਲਾਇੰਸ ਦਾ ਇਹ ਪੰਪ ਹੈ, ਮਸ਼ਹੂਰ ਪੰਪ ਹੈ, ਆਮ ਦਿਨਾਂ 'ਚ ਇੱਥੇ ਬਹੁਤ ਭੀੜ ਦੇਖੀ ਜਾਂਦੀ ਹੁੰਦੀ ਹੈ। ਔਰ ਹੁਣ ਇਹ ਪੰਪ ਜਿਹੜਾ ਇਸ ਵੇਲੇ ਜਥੇਬੰਦੀਆਂ ਦੇ ਮੋਰਚੇ ਤੋਂ ਬਾਅਦ ਬੰਦ ਪਿਆ, ਆਵਾਜਾਈ ਜਿਹੜੀ ਬੰਦ ਕੀਤੀ ਹੈ। ਕਰਮਚਾਰੀ ਕੁਝ ਅੰਦਰ ਜ਼ਰੂਰ ਉਹਨਾਂ ਦੇ ਕੰਮ ਕਰ ਰਹੇ ਹੈ, ਪਰ ਇਹਨੂੰ ਕੰਪਲੀਟਲੀ ਬੰਦ। ਤਸਵੀਰ ਮੈਂ ਦਿਖਾ ਦੇਣੀ ਚਾਹੁੰਦਾ, ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰ ਦਿਖਾਈ ਜਾਵੇ ਕਿ ਇਹ ਜਥੇਬੰਦੀਆਂ ਦੇ ਮੋਰਚੇ ਤੋਂ ਬਾਅਦ ਇਸ ਨੂੰ ਪ੍ਰੋਪਰ ਬੰਦ ਕਰ ਦਿੱਤਾ ਗਿਆ, ਸੀਲ ਕਰ ਦਿੱਤਾ ਗਿਆ। ਇਹ ਰਿਲਾਇੰਸ ਦਾ ਪੰਪ ਜਥੇਬੰਦੀਆਂ ਦੀ ਇਸ ਕਾਲੀਆਂ ਝੰਡੀਆਂ ਤੇ ਇਹਨਾਂ ਦੇ ਵਿਰੋਧ ਤੋਂ ਬਾਅਦ ਰੋਸ ਵੀ ਕਿਹਾ ਜਾ ਰਿਹਾ, ਵਿਰੋਧ ਵੀ ਕਿਹਾ ਜਾ ਰਿਹਾ। ਕਈ ਥਾਂ ਕਾਲੀਆਂ ਝੰਡੀਆਂ ਨਾਲ ਰੋਸ ਕਿਹਾ ਜਾ ਰਿਹਾ, ਕਈ ਥਾਂ ਤੇ ਕਿਹਾ ਜਾ ਰਿਹਾ ਰੋਸ ਨਹੀਂ ਹੈ, ਇਹ ਤਾਂ ਵਿਰੋਧ ਹੈ ਸਾਡਾ ਔਰ ਅਸੀਂ ਵਿਰੋਧ ਕਰਾਂਗੇ। ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਾਂ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ, ਸਾਰੀਆਂ ਇਕੱਤੀ ਜਥੇਬੰਦੀਆਂ ਦਾ ਜਿਹੜਾ ਸਮਰਥਨ ਹੈ, ਜਿਹੜੀ ਏਕਤਾ ਹੋਈ ਹੈ, ਉਹ ਇੱਥੇ ਅੱਜ ਇਕੱਠੇ ਹੋਏ ਨੇ। ਔਰ ਤਕਰੀਬਨ ਬਹੁਤ ਸਾਰੇ ਚਿਹਰੇ ਜਿਹੜੇ ਅਸੀਂ ਰੋਜ਼ ਇਹਨਾਂ ਨੂੰ ਮਿਲਦੇ ਹਾਂ, ਅੱਜ ਇਹ ਆਪੋ ਆਪਣੇ ਘਰ ਛੱਡ ਕੇ ਹਮੇਸ਼ਾ ਦੀ ਤਰ੍ਹਾਂ ਸੰਘਰਸ਼ ਦੇ ਉਸ ਰਾਹ ਦੇ ਉੱਤੇ ਤੁਰਦੇ ਪਹਿਲਾਂ ਵੀ ਆਏ ਹੈ ਔਰ ਹੁਣ ਵੀ ਤੁਰਦੇ ਆ ਰਹੇ ਹੈ। ਤਾਂ ਬਹੁਤ ਲਾਜ਼ਮੀ ਹੈ ਕਿ ਇਸ ਗੱਲ ਨੂੰ ਸਮਝਿਆ ਜਾਵੇ ਕਿ ਇਹ ਸੰਘਰਸ਼ ਅੱਗੇ ਕਿੱਥੇ ਜਾਊਗਾ। ਹੁਣ ਇੱਥੇ ਬਾਈ ਜੀ ਬੈਠੇ ਹੋ, ਕਦੋਂ ਤੋਂ ਬੈਠੇ ਹੋ ਔਰ ਅੱਗੇ ਦੀ ਰੂਪ ਰੇਖਾ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰੋ ਜੀ, ਆਪਣੇ ਜੋ ਪੰਜਾਬ ਦੇ ਵਿੱਚ ਸੈਂਟਰ ਸਰਕਾਰ ਨੇ, ਮੋਦੀ ਸਰਕਾਰ ਨੇ ਜੋ ਕਿਸਾਨ ਮਜ਼ਦੂਰ ਵਿਰੋਧੀ ਬਿੱਲ ਆਰਡੀਨੈਂਸ ਜੋ ਪਾਸ ਕੀਤੇ ਨੇ, ਉਸ ਦੇ ਖਿਲਾਫ ਜਿਸ ਤਰ੍ਹਾਂ 25 ਤਰੀਕ ਨੂੰ ਪੰਜਾਬ ਬੰਦ ਦਾ ਅਤੇ ਭਾਰਤ ਬੰਦ ਦਾ ਸਾਰੇ ਕਿਸਾਨਾਂ ਮਜ਼ਦੂਰਾਂ ਨੇ ਇੱਕ ਪਲੇਟਫਾਰਮ 'ਤੇ ਆ ਕੇ ਬੜੇ ਹੀ ਸ਼ਾਂਤਮਈ ਢੰਗ ਤਰੀਕੇ ਨਾਲ ਸਾਰਿਆਂ ਨੇ ਰੋਸ ਕੀਤਾ। ਪਹਿਲਾਂ ਤਾਂ ਸਾਰੇ ਪੰਜਾਬ ਵਾਸੀਆਂ ਨੂੰ, ਕਿਸਾਨਾਂ ਵੀਰਾਂ ਨੂੰ, ਮਜ਼ਦੂਰ ਵੀਰਾਂ ਨੂੰ, ਸਾਰੀਆਂ ਪੰਜਾਬ ਦੀਆਂ 31 ਜਥੇਬੰਦੀਆਂ ਜੋ ਇੱਕ ਪਲੇਟਫਾਰਮ 'ਤੇ ਇਕੱਠੀਆਂ ਹੋਈਆਂ, ਉਹ ਸਾਰੇ ਵਧਾਈ ਦੇ ਪਾਤਰ ਨੇ, ਕਿਉਂਕਿ ਹਰ ਵਰਗ ਇਸ ਸੰਘਰਸ਼ ਦੇ ਵਿੱਚ, ਜਿੱਥੇ ਸਾਡੇ ਕਿਸਾਨ ਵੀਰ, ਨੌਜਵਾਨ ਵੀਰ, ਵੀ ਸਾਡੀਆਂ ਬਿਮਾਈਆਂ, ਸਾਡੇ ਬੱਚੇ, ਖਾਸ ਕਰ ਸਾਡਾ ਨੌਜਵਾਨ ਜੋ ਪਹਿਲੀ ਵਾਰ ਐਡੇ ਵੱਡੇ ਪੱਧਰ 'ਤੇ ਕਿਸਾਨਾਂ ਦੇ ਨਾਲ ਖੜ੍ਹੇ ਨੇ, ਸੋ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਸੋ ਤੁਸੀਂ ਗੱਲ ਕੀਤੀ ਆ ਕਿ ਕਿਸ ਤਰ੍ਹਾਂ ਅੱਗੇ ਪ੍ਰੋਗਰਾਮ ਕਰਾਂਗੇ ਜੀ, ਸੋ 31 ਜਥੇਬੰਦੀਆਂ ਨੇ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਪੰਜਾਬ ਦੇ ਵਿੱਚ ਜਿੰਨੇ ਵੀ ਕਾਰਪੋਰੇਟ ਘਰਾਣੇ ਆ, ਉਹਨਾਂ 'ਚ ਚਾਹੇ ਰਿਲਾਇੰਸ ਦੇ ਪੈਟਰੋਲ ਪੰਪ ਨੇ ਜੀ,
चाहे कोई टोल टैक्स ने जी, चाहे अडानी दे, चाहे उन्हां दे साइलो पॉइंट ने जी, जिते भी कोई प्रोग्राम आ उन्हां दा सारा ना 7 तरीक तक उन्हां दा प्रोपर लोगों इन्हां नूं बाइकआउट करन लई जी कहा वा कि इन्हां यही कारपोरेट घराणे आ जो सेंटर सरकार नूं किसान मजदूरी बंद कर। इस तों बाद दा मैं पुछ रहा कि 7 तों बाद दी कोई थोड़ी रूपरेखा तय हुई है? 7 तरीक दे तों बाद दी जी रूपरेखा फिलहाल अजे जो मीटिंग होनी है जी सारिया जथेबंदियां दी, अज 5 तरीक अज 5वां दिन चल रहा जी रोस का, सो एक दिन दे विच ही उन्हां दी मीटिंग होनी है जी। अगला प्रोग्राम जिवें सानू पंजाब दीआं 31 जथेबंदियां मीटिंगां दा अगला रूपरेखा तैयार करनगियां, उस तरीके नाल अगे संघर्ष वधूगा जी। बिल्कुल ठीक है, मैं चाहुंदा इस नूं किवें देखदे हो कि जिहड़ा नुकसान कह रहे हां आपां, बहुत घट लोग इस नूं समझ पा रहे, खास तौर ते व्यापारी वर्ग नूं जां शहरी वर्ग नूं इह समझाउणा सौखे शब्दां च किवें समझाउणे हो कि इह कानून काले किवें आ? देखो जी, जिहड़े इह कानून ने अपने देश की रीढ़ की हड्डी खेती है। जिदा एक इंसान की रीढ़ की हड्डी टुट जाए वो चल लू, ये रीढ़ की हड्डी खेती आ, जदों यही टुट गई यदा हरेक वर्ग के उपर नुकसान पैना तो सिर्फ फायदा होना। जिहड़े बड़े बड़े कारपोरेट घराने ने जां बाहरलियां कंपनियां आ रही ने उन्नू ते बाकी हरेक वर्ग नू इहदा नुकसान ही नुकसान है। जोधा साहब साढ़े नाल ने, जोधा साहब थोड़ा जिहा समझाओ कि मोदी साहब अड़ब ने जां उन्हां दा प्लान कुछ होर लग रहा है कि पंजाब दा किसान जे इस तरह सड़कां दे उत्ते चप्पे चप्पे ते बैठा है तां दिल्ली क्यों नहीं हिल पा रही? देखो मोदी साहब कोई इंडिविजुअल अपनी कोई हैसीयत नहीं उन्होंने, उन्होंने पिछे एक बड़ी बड़ी ताकत आ, वो राष्ट्रीय स्वयं संघ के प्रचारक रहे ने और पिछों उ ताकत आ जी इन चला रही है, जिन्हों का मकसद देश के हिंदू राष्ट्र बना, तो हिंदू राष्ट्र बनाने तो बाद इत्थे जिहड़ा जिहड़ा नपाक गठजोड़ बनया हुण धर्म वालियां दा ते सरमायेदारां दा कारपोरेट अदारियां नूं सारी शक्ति देनी, क्योंकि कारपोरेट सैक्टर ही मोदी नूं लैके आया। टोटल मीडिया वो छड़ लिए तुहाडा जिवें मैं तुसीं चर्चा करदे हो, नहीं कहो जे असीं गलत आ साडा वी लाओ ना, नैशनल मीडिया जिहड़ा उत्थे कोई गलबात ही नहीं हो रही, उत्थे कोई प्रशांत दी डैथ हो गई उत्ते चर्चा हो रही है, कितें एक्ट्रेस ते चर्चा हो रही है, मतलब ब्लैकआउट कर रहे ने। वो असीं समझदे हां वी इह लड़ाई छोटी नहीं, लड़ाई बहुत वड्डी आ। इस लड़ाई नूं वड्डा किवें करोगे? कलाकार आ गए, एक्टर आ गए तुहाडे नाल, बाद च उहनां दा विरोध हो गया, जत्थेबंदियां नाल मीटिंगां होईयां, लड़ाई नूं वड्डा किवें करोगे? मैनूं लगदा तां सीमित हुंदी जा रही है। नहीं, ज्यों ज्यों लड़ाई अगे वधणी आ, असीं समझदे हां वी जे काले कानून लागू हुंदे आ खेती खत्म हुंदी आ, इत्थे वड्डे फार्म बणदे ने, इत्थे दी मशीनरी बेकार हो जाणी आ जिहड़ी असीं चला रहे हां, ते लोग वेले हो जाने ने। कुछ लोग कहंदे ने भी असीं उत्थे जाके कम करिया करांगे, वह जिहड़े वड्डे फार्म लाउणे ने उत्थे तां मशीनरी वड्डी सफिस्टिकेटड होणी आ, बेरोजगारी वध जाणी आ, इहदे नाल सारे कारोबार ठप्प हो जाणे ने। हुण तुसीं देख रहे हो वी इहदे च आड़तीए भी आ रहे ने, इहदे शैलर मालक भी आ रहे ने, समझ रहे ने जिहदे सिर ते सट पैंदी आ, और ज्यों ज्यों इह मूवमेंट नूं पीढ़ी करांगे। मैं समझदा वी किसान जथेबंदियां बड़ी अकलमंदी तों कम लै रहियां ने और इन्होंने अपना एकता उसारिया नाल मजदूरां नूं जोड़ रही ने, और एक घोल आ जिहड़ा सिर्फ किसानां दा नहीं रह जाणा, इह घोल लोकां दा घोल बन जाणा और बणदा जा रिहा। टाइम तां लगेगा क्योंकि बड़ा लंबा समा पंजाब आ जिहड़ा उदासी चों निकलिया, इत्थे आत्महत्यावां हुंदियां रहियां, नौजवान मुंडे नशे लग गए, इउं लगदा सी पंजाब खत्म हो गया। अज बड़े लंबे समय तों बाद अफसर जाया, उभार आया, और इहदे ते जिहड़े लोकां दे हितैषी ने उन्हां दी कोशिश आ भी इहनूं इंटैक्ट रखीए, असीं इकट्ठा रखीए ते मूवमेंट अग्गे लै जाईए। कुछ लोकां नूं 2022 दिंदा, अज 2022 वाले नूं असीं बेनती करनी चाहुंदे आ, तुसीं बड़ियां इलैक्शनां लड़नियां, तुसीं साल क चुप रहो, लोकां नूं लड़ लैण दिओ, क्योंकि अज जे पिंड कालियां कांग्रसियां आप च वंडिया होऊगा तां मोदी दा मुकाबला नहीं कर सकदे। मोदी दा मुकाबला संगठित पिंड इक मुठ पिंड ही कर सकदा, पिंड तक लैके जाइए, असीं इहनां नूं ਵਿਹੜਿਆਂ ਦੇ ਵਿੱਚ ਮਜ਼ਦੂਰਾਂ ਕਿਸਾਨਾਂ 'ਚ ਲੈ ਕੇ ਜਾ ਰਹੇ ਹਾਂ, ਜਿਹਦੇ 'ਚ ਚੰਗੀ ਹਵਾ ਆ ਰਹੀ ਆ, ਜਿਹੜੇ ਲੋਕ ਕਮਿਟਡ ਵੀ ਨੇ ਪਾਰਟੀਆਂ ਨਾਲ, ਉਹ ਵੀ ਕਹਿ ਰਹੇ ਨੇ ਜੀ ਇਹ ਗੱਲ ਠੀਕ ਨਹੀਂ ਹੈ। ਇਸ ਗੱਲ 'ਤੇ ਬਾਕੀਆਂ ਦਾ ਕੋਟ ਚਾਹੁੰਦਾ, ਵਲੰਟੈਰੀਲੀ ਜੇ ਤੁਸੀਂ ਇਹਦੇ 'ਤੇ ਰੱਖਣਾ ਚਾਹੁੰਦੇ ਹੋ ਆਪਦੀ ਗੱਲ ਤਾਂ ਪਲੀਜ਼ ਅੱਗੇ ਆ ਕੇ ਜ਼ਰੂਰ ਰੱਖੋ। ਜਿੱਦਾਂ ਇਹਨਾਂ ਨੇ ਕਿਹਾ ਕਿ ਪਿੰਡਾਂ ਨੂੰ ਪਾਰਟੀਬਾਜ਼ੀਆਂ ਤੋਂ ਹੁਣ ਉੱਤੇ ਉੱਠਣਾ ਪੈਣਾ, ਤੁਹਾਨੂੰ ਲੱਗਦਾ ਪ੍ਰੈਕਟੀਕਲੀ ਪੋਸੀਬਲ ਹੈਗੀ ਇਹ ਗੱਲ? ਬਿਲਕੁਲ ਪੋਸੀਬਲ ਹੈ, ਜੇ ਕਿਸਾਨ ਲੰਬੀ ਲੜਾਈ ਲੜ ਕੇ ਕਾਂਗਰਸ ਨੂੰ ਮਜਬੂਰ ਕਰ ਸਕਦੇ ਆ ਕਿ ਉਹ ਅਸੈਂਬਲੀ 'ਚ ਮਤਾ ਪਾਸ ਕਰੇ, ਕੈਪਟਨ ਅਮਰਿੰਦਰ ਸਿੰਘ, ਜੇ ਕਿਸਾਨ
लंबी लड़ाई लड़के अकालिया नू जेड़े इसने ना कानूना दा समर्थन करते सी उदो बिल सीगे उदो ऑर्डिनेंस सीगे उना नू उत्थों रिजाइन दवा के सड़कां ते लिया सकदे है तां पिंडां दे विच भी पिंडां दे विच किसान कांग्रसी होण अकाली होण किसे होर दे होण उना नू एक प्लेटफार्म ते लिया सकदे है क्योंकि उना नू दिसना है भी यह जे असी कठे ना होए ता साड़ा चारा कोई नहीं पर दिशा कौन दिखाऊगा क्योंकि जत्थेबंदियां ता कठियां हो गईयां पर वख-वख स्टेजां तो वख-वख गल्लां हो रहीयां कई पिंडां च हुण बोर्ड लगने शुरू हो गए अकाली भाजपाई कांग्रेसी साडे पिंड ना वड़न ता की इह जिहड़ा रूपरेखा तय हो रही है जां तुसीं कह रहे हो कि इस थॉट नाल चलना है उह दिखाऊगा कौन मैं 31 किसान जत्थेबंदियां दा की प्रोग्राम है 31 किसान जत्थेबंदियां ने जिथे आ संघर्ष दा प्रोग्राम दित्ता इहनां कारपोरेट घराणियां दे विरुद्ध ते रेलां रोकण दा मोदी नूं दसण लई उत्थे नाल नाल पिंडां दे विच तिन मते पास करन दा है एक मता हैगा भी सारे पिंड दी जिहड़ी सभा है आम सभा जिहनूं आम इजलास कहिंदे आ उह आम इजलास इहनां बिलां नूं इहनां कानूनां नूं हुण तां कानून बण गए इहनां कानूनां नूं रद्द करदा है नंबर एक नंबर दो कि साडे पिंड दा इह आम इजलास कैप्टन अमरिंदर सिंह दी सरकार नूं पहलां तां उहने मता पास करिया सी भी इहनां जिहड़े ऑर्डिनेंस है इहनां नूं मोदी वापस लवे हुण मता पास करे पंजाब दी असैंबली सारे पंजाब दे लोकां दी सांझी विल उत्थे जावे कि भी असीं इहनां नूं रद्द करदे आ हाँ यस तीजी गल इह है किसी ने किसान जथेबंदी ने किसी इंडिविजुअल ने कहती हो मैनू नहीं पता किसी इंडिविजुअल लीडर ने कहती हो मैनू नहीं पता किसान जथेबंदियों का सांझा मत यह है कि पिंडां दे विच असी बीजेपी दे चुने नुमाइंदे ते उन्हां दे लीडर नहीं वड़न देने बाकियां बारे नहीं किया क्लैरिटी बहुत जरूरी है ये क्लैरिटी बहुत हां असी बीजेपी कल्ली नूं आइसोलेट कर रहे हैं इस मैदान दे विचों राजनीतिक मैदान दे विचों तां कि जिहड़ी बीजेपी सारे हिंदुस्तान दे विच फिरका प्रस्ती फैला के लोकां नूं आपस च लड़ाउंदी है भाई नूं भाई नाल लड़ाउंदी है ते हिंदू राष्ट्र दा फोका स्लोगन दिंदी है असीं देखिआ है कि हिंदू ही ज्यादा मर रहे है इस राज दे विच ते असीं बाबे नानक दी विचारधारा ते चलदे होए पंजाब दे अंदर हिंदुआं दी सिखां दी मुसलमानां दी ईसाइयां दी ते आम जिन्हां नूं लोग छोटियां जातां कहिंदे है जिन्हां नूं बाबे नानक ने कहा नीचा अंदर नीच जात नीची हुआ तनीच इन्हां सारिआं दा इक उसारना चाहुंदे आ इह साडी ताकत होऊगी तां इह 31 जथेबंदियां दी कॉल दे अंडर तुहानूं लगदा जे कोई आवे आपदा समर्थन देना चाहुंदा है ਉਹ ਨਾਲ ਪੈਰਲਲੀ ਚੱਲ ਸਕਦਾ ਹੈ ਜਾਂ ਅੰਡਰ ਚੱਲ ਸਕਦਾ ਹੈ ਪਰ ਬਹੁਤ ਸਾਰੀਆਂ ਜਿਹੜੀਆਂ ਹੋਰ ਸਟੇਜਾਂ ਤੁਸੀਂ ਉਹਨਾਂ ਨੂੰ ਵੈਲਕਮ ਕਰਦੇ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਉਹ ਤੁਹਾਡੀ ਕਾਲ ਤੋਂ ਬਾਹਰ ਨੇ ਦੋ ਗੱਲਾਂ ਮੈਂ ਕਹਿਣੀਆਂ ਚਾਹੁੰਦਾ ਜਿਹੜੀਆਂ ਰਾਜਨੀਤਿਕ ਪਾਰਟੀਆਂ ਆਪਣੇ ਅੰਡਰ ਜਿਹੜੇ ਉਹਨਾਂ ਦੇ ਕਿਸਾਨ ਨੇ ਮਜ਼ਦੂਰ ਨੇ ਹੋਰ ਨੇ ਉਹਨਾਂ ਨੂੰ ਇਹਨਾਂ ਧਰਨਿਆਂ 'ਚ ਭੇਜਦੇ ਹੈ ਉਹ ਐਜ਼ ਕਿਸਾਨ ਆ ਕੇ ਸਟੇਜ 'ਤੇ ਕੁਛ ਵੀ ਕਹਿਣ ਜੀ ਆਇਆਂ ਨੂੰ ਠੀਕ ਹੈ ਉਹ ਉੱਥੇ ਆਪਣੀ ਪਾਰਟੀ ਦਾ ਪ੍ਰਚਾਰ ਨਾ ਕਰਨ ਕਿਸਾਨਾਂ ਦੀ ਗੱਲ ਕਰਨ ਉਹਨੂੰ ਸਾਨੂੰ ਜੀ ਆਇਆਂ ਨੂੰ ਜੇ ਉਹ ਰਾਜਨੀਤਿਕ ਪਾਰਟੀ ਦਾ ਪ੍ਰਚਾਰ ਕਰਨ ਆਉਂਦੇ ਆ ਫਿਰ ਉਹ ਜੀ ਆਇਆ ਨਹੀਂ ਹੈਗੇ ਜਿਹੜੀ ਉਹ ਪੈਰ ਦੂਜੀ ਗੱਲ ਜਿਹੜੀਆਂ ਤਾਂ ਐਦਾਂ ਭੇਜਦੀਆਂ ਨੇ ਉਹਨਾਂ ਸਾਰੀਆਂ ਜਥੇਬੰਦੀਆਂ ਦੇ ਅਸੀਂ ਕੋਟਨ ਗੋਟ ਧੰਨਵਾਦ ਕਰਦੇ ਹਾਂ ਜਿਹੜੀਆਂ ਆਪਣੇ ਕੈਡਰ ਨੂੰ ਇਹਨਾਂ ਸੰਘਰਸ਼ਾਂ 'ਚ ਭੇਜਦੀਆਂ ਨੇ ਚਾਹੇ ਉਹ ਪੋਲੀਟੀਕਲ ਪਾਰਟੀ ਜਿਵੇਂ ਮਰਜ਼ੀ ਹੋਣ ਉਹਨਾਂ ਪੋਲੀਟੀਕਲ ਪਾਰਟੀਆਂ ਨਾਲ ਸਾਡਾ ਕੋਈ ਵੀ ਵਿਰੋਧ ਨਹੀਂ ਗਾ ਬਲਕਿ ਉਹਨਾਂ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਆਪਣੇ ਬੰਦੇ ਸਾਡੇ ਸੰਘਰਸ਼ਾਂ 'ਚ ਭੇਜਿਆ ਸਾਡੇ ਸੰਘਰਸ਼ ਤਕੜੇ ਹੋਏ ਆ ਦੂਜੀ ਜਿਹੜੀਆਂ ਪੈਰਲਲ ਪ੍ਰੋਗਰਾਮ ਕਰਦੀਆਂ ਨੇ ਪਾਰਟੀਆਂ ਕੋਈ ਵੀ ਹੋਣ ਚਾਹੇ ਆਪਣੀ ਰਾਜਨੀਤੀ ਕਰਨ ਲਈ ਉਹਨਾਂ ਦੀ ਅਸੀਂ ਨਿੰਦਿਆ ਕਰਦੇ ਹਾਂ ਜਾਂ ਜਿਵੇਂ ਮੇਰਾ ਮੈਂ ਬੜਾ ਸਿੱਧਾ ਸਵਾਲ ਪੁੱਛਣਾ ਚਾਹੁੰਦਾ ਕਿ ਜਿਵੇਂ ਅਕਾਲੀ ਦਲ ਨੇ ਜਾਂ ਕਾਂਗਰਸ ਨੇ ਟਰੈਕਟਰਾਂ 'ਤੇ ਗੇੜੇ ਕੱਢ ਕੇ ਦੱਸਿਆ ਵੀ ਅਸੀਂ ਕਿਸਾਨ ਹਿਤੈਸ਼ੀ ਹਾਂ ਕੀ ਇਹ ਚੀਜ਼ਾਂ ਵੈਲਕਮ ਨੇ ਜਾਂ ਤੁਹਾਨੂੰ ਲੱਗਦਾ ਕਿ ਇਹ ਖਰਾਬ ਕਰ ਰਹੀਆਂ ਦੇਖੋ ਜੀ ਜਿਹੜਾ ਕਿਸੇ ਵੀ ਪਾਰਟੀ ਨੇ ਇਹ ਜਿਹੜੇ ਹਥਕੰਡੇ ਅਪਣਾਏ ਆ ਇਹ ਜਿਹੜੀ ਕਿਸਾਨ ਦਾ ਜਿਹੜਾ ਰੋਸ ਆ ਵਿਰੋਧ ਆ ਜਿਹੜੀ ਏਕਤਾ ਵਾ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਕਿਤੇ ਨਾ ਕਿਤੇ ਇਹ ਮੈਸੇਜ ਸੈਂਟਰ ਤੱਕ ਵੀ ਗਲਤ ਜਾ ਰਿਹਾ ਕਿਉਂਕਿ ਹਰਦੀਪ ਸਿੰਘ ਪੁਰੀ ਜੀ ਨੇ ਵੀ ਇੱਕ ਕਿਹਾ ਸੀ ਵੀ ਜਿਹੜਾ ਪੰਜਾਬ ਦੇ ਵਿੱਚ ਸੰਘਰਸ਼ ਆ ਉਹ ਕਿਸਾਨਾਂ ਦਾ ਨਹੀਂ ਹੋ ਰਿਹਾ ਇਹਦੇ 'ਤੇ ਰਾਜਨੀਤੀ ਹੋ ਰਹੀ ਆ ਜਦੋਂ ਹੁਣ ਝੰਡੇ ਗਰਦੀ ਸ਼ਬਦ ਵਰਤਿਆ ਉਹਨਾਂ ਨੇ ਗੁੰਡਾਗਰਦੀ ਹੋ ਰਹੀ ਆ ਉਹ ਕਹਿੰਦੇ ਉੱਥੇ ਜਦੋਂ ਰੰਗ ਬਿਰੰਗੇ ਝੰਡੇ ਦਿਸਣਗੇ ਪਾਰਟੀਆਂ ਦੇ ਕਿਸਾਨੀ ਦਾ ਝੰਡਾ ਨਹੀਂ ਨਜ਼ਰ ਆਊਗਾ ਤਾਂ ਉੱਥੇ ਮੈਸੇਜ ਜ਼ਰੂਰੀ ਆ ਵੀ ਉੱਥੇ ਇੱਥੇ ਪੰਜਾਬ ਦੇ ਵਿੱਚ ਰਾਜਨੀਤੀ ਹੋ ਰਹੀ ਆ ਜਦਕਿ ਇਹਨਾਂ ਨੂੰ ਚਾਹੀਦਾ ਸੀ ਵੀ ਇਹ ਅਸੀਂ ਇਹਨਾਂ ਦੇ ਝੰਡਿਆਂ ਥੱਲੇ ਬਹੁਤ ਜ਼ਿੰਦਗੀ ਗੁਜ਼ਾਰ ਲਈ ਇਹ ਹੁਣ ਕਿਸਾਨੀ ਦੇ ਝੰਡੇ ਥੱਲੇ ਆਉਣ ਇਹਨੂੰ ਸਪੋਰਟ ਕਰਨ
जिहड़ी अज नौजवानी आ जिहड़ी लोक कहिंदे सीगे वी चिट्टे ने खा ली पंजाब दे विच नौजवानी नहीं बची अज वह नौजवान बजुर्ग धीआं भैणां कादी खातर सड़कां ते आईआं ने क्योंकि उन्होंने पता वा जे साडीआं जमीनां खुस गईआं साडे कोले कुछ नहीं रहना हैगा साडी हत्थ बन्न के बेनती आ लीडरां नूं ਤੁਸੀਂ ਬਹੁਤ ਚਿਰ ਸਾਡੇ ਤੇ ਰਾਜ ਕਰ ਰਹੇ ਹੋ ਨਹੀਂ ਮੇਰੀ ਕੋਸ਼ਿਸ਼ ਹੈ ਕਿ ਸਾਰਿਆਂ ਦਾ ਕੋਟ ਲਵਾਂ ਬਹੁਤ ਜ਼ਰੂਰੀ ਹੈ ਸਿਰਫ ਉਹੀ ਚਿਹਰੇ ਨਹੀਂ ਬਾਕੀ ਵੀ ਆ ਕੇ ਮੇਰੇ ਨਾਲ ਜ਼ਰੂਰ ਗੱਲ ਕਰੋ ਅਸੀਂ ਰਾਜਨੀਤਿਕ ਪਾਰਟੀਆਂ ਨੂੰ ਬੇਨਤੀ ਕਰਦੇ ਹਾਂ ਜੋ ਕਿਸਾਨੀ ਦਾ ਮੁੱਦਾ ਜੋ ਇਸ ਤਰ੍ਹਾਂ ਚੱਲ ਰਿਹਾ ਉਹਦੇ ਤੇ ਆ ਕੇ ਸਮਰਥਨ ਦਿਓ ਨਾ ਕਿ ਆਪਣੇ ਅਸੀਂ ਕਿਸੇ ਤੱਕੜੀ ਨਾਲ ਜਾਂ ਪੰਜੇ ਨਾਲ ਨਹੀਂ ਜੁੜੇ ਹੋਏ ਸਾਡੇ ਮੁੱਦੇ ਦੀ ਗੱਲ ਕਰੋ ਅਸੀਂ ਕਿਸਾਨੂੰ ਆਪਣੇ ਨਾਲ ਨਾ ਜੋੜੋ ਤੁਸੀਂ ਸਿਆਸੀ ਰੋਟੀਆਂ ਚੀਜ਼ ਤੋਂ ਬਹੁਤ ਸੇਕ ਲੀਆਂ ਐਸਵਾਈ ਗੱਲ ਤੋਂ ਬਹੁਤ ਸੇਕ ਲੀਆਂ ਹੁਣ ਮੈਨੂੰ ਲੱਗਦਾ ਵੀ ਆਰਡੀਨੈਂਸ ਤੋਂ ਬਹੁਤ ਸੇਕਣਗੇ ਮੈਨੂੰ ਲੱਗਦਾ ਉਹਦੀ ਦੁਬਾਰਾ ਤਿਆਰੀ ਹੈ ਇਦੋਂ ਬਾਅਦ ਹਾਂਜੀ ਇਦੋਂ ਬਾਅਦ ਐਸਵਾਈ ਗੱਲ ਤੇ ਜਾਂ ਕਿਸੇ ਤੇ ਵੀ ਸੇਕ ਸਕਦੇ ਨੇ ਪਰ ਸਾਡੇ ਤੇ ਅਸੀਂ ਤੁਸੀਂ ਤਾਂ ਹੋਵੋਗੇ ਸਾਡੇ ਸੰਘਰਸ਼ ਦੇ ਵਿੱਚ ਆ ਕੇ ਸਾਡੇ ਵਿੱਚ ਜੁੜੋਗੇ ਸਾਨੂੰ ਝੰਡਿਆਂ ਨਾਲ ਨਾ ਜੋੜੋ ਸਾਨੂੰ ਤੱਕੜੀ ਪੰਜੇ ਨਾਲ ਨਾ ਜੋੜੋ ਸਾਡੇ ਇਸ ਨਿਸ਼ਾਨ ਜੋ ਸਾਡਾ ਹੈਗਾ ਸਾਡਾ ਕਿਸਾਨਾਂ ਦਾ ਝੰਡਾ ਸਾਡੇ ਨਾਲ ਜੁੜ ਕੇ ਸਾਡੀ ਹਮਾਇਤ ਕਰੋ ਫਿਰ ਅਸੀਂ ਤੁਹਾਨੂੰ ਆਪਣਾ ਮੈਨੂੰ ਲੱਗਦਾ ਇਹ ਵੀ ਨਹੀਂ ਬਰਦਾਸ਼ਤ ਹੋਇਆ ਸਿਆਸੀ ਪਾਰਟੀਆਂ ਨੂੰ ਵੀ ਜਥੇਬੰਦੀਆਂ ਕਿਵੇਂ ਇਕੱਠੀਆਂ ਹੋ ਗਈਆਂ ਬਿਲਕੁਲ ਜੀ ਬਿਲਕੁਲ ਕਿਉਂਕਿ ਪਹਿਲਾਂ ਉਹ ਵੀ ਵਰਤਦੀਆਂ ਰਹੀਆਂ ਹੁਣ ਤੱਕ ਇਹੀ ਗੱਲ ਚੱਲਦੀ ਰਹੀ ਹੈ ਵੀ ਜੇ 31 ਜਥੇਬੰਦੀਆਂ ਨਹੀਂ ਇਕੱਠੀਆਂ ਨਹੀਂ ਹੋ ਸਕਦੀਆਂ ਵੀ ਇੱਕ ਝੰਡੇ ਥੱਲੇ ਵੀ ਕਿਸੇ ਕਿਸੇ ਪਹਿਲਾਂ ਤਾਂ ਇਹੀ ਕਹਿੰਦੇ ਸੀ ਨਾ ਵੀ ਇਹਨਾਂ ਨੂੰ ਇਕੱਠੇ ਕਰ ਦਿਓ ਫਿਰ ਦੱਸੋ ਕੀ ਕਰਨਾ ਕੋ ਹੁਣ ਹੋ ਗਏ ਇਕੱਠੇ ਬਿਲਕੁਲ ਇਹ ਇਕੱਠੇ ਹੋ ਗਏ ਰਾਜਨੀਤਿਕ ਪਾਰਟੀਆਂ ਨੂੰ ਡਰ ਆ ਵੀ ਸਾਡਾ ਵੋਟਰ ਕਿਤੇ ਇਹਨਾਂ ਦੇ ਝੰਡੇ ਥੱਲੇ ਜਾ ਕੇ ਬਹਿ ਗਿਆ ਕਿਤੇ ਵਾਪਸ ਹੀ ਨਾ ਮੁੜ ਕੇ ਆਵੇ ਇਹ ਆਪਦਾ ਆਪਦਾ ਪ੍ਰੋਗਰਾਮ ਕਿਉਂ ਨਹੀਂ ਦੇ ਰਹੀਆਂ ਵੀ ਜਾ ਕੇ ਤੁਸੀਂ ਕਿਸਾਨ ਜਥੇਬੰਦੀਆਂ ਦਾ ਸਾਥ ਦਿਓ ਇਹ ਆਪਦੇ ਰਾਹੁਲ ਗਾਂਧੀ ਨੇ ਦਿੱਲੀ ਤੋਂ ਆ ਕੇ ਆਪਦੇ ਇੱਥੇ ਵੋਟਰਾਂ ਨੂੰ ਰੋਕਣਾ ਚਾਹੁੰਦਾ ਦਿੱਲੀ ਤੋਂ ਆ ਕੇ ਹਰਸਿਮਰਤ ਨੇ ਆਪਦੇ ਵੋਟਰਾਂ ਨੂੰ ਰੋਕਣ ਦੀ ਖਾਤਰ ਹੀ ਇਹ ਕੀਤਾ ਜਾ ਰਿਹਾ ਇਹ ਕਿਸਾਨਾਂ ਲਈ ਕਰਨਾ ਤਾਂ ਇੱਕ ਝੰਡਾ ਹਰਾ ਲੈ ਲਓ ਛੱਡ ਦਿਓ ਸਾਰੀਆਂ ਮਤਲਬ ਜਥੇਬੰਦੀਆਂ ਦੇ ਝੰਡਿਆਂ ਨੂੰ ਵੀ ਛੱਡ ਦਿਓ ਹਰਾ ਤੇ ਕਾਲਾ ਲੈ ਲਓ ਇੱਕ ਕਿਸਾਨ ਦੂਜਾ ਵਿਰੋਧ ਦੋ ਚੀਜ਼ਾਂ ਨੂੰ ਅੱਜ ਉੱਠ ਕੇ ਜੇ ਅਸੀਂ ਤੁਰ ਪਏ ਤਾਂ ਅਸੀਂ ਕਾਮਯਾਬ ਹੋ ਜਾਵਾਂਗੇ ਜੇ ਅਸੀਂ ਵੰਡ ਕੇ ਦੋ ਦੋ ਚਾਰ ਚਾਰ ਝੰਡੇ ਲੈ ਕੇ ਤੁਰੇ ਫਿਰਦੇ ਰਹੇ ਛੱਡ ਕਦੇ ਅਸੀਂ ਫੇਲ ਹੋ ਜਾਵਾਂਗੇ ਇਹ ਲੋੜ ਹੈਗੀ ਹੈ ਜੋਧਾ ਸਾਹਿਬ ਤੁਸੀਂ ਅੱਗੇ ਆਓ ਤੁਹਾਡਾ ਕੋਟ ਚਾਹੁੰਦਾ ਜੀ ਮੈਂ ਆ ਰਿਹਾ ਤੁਹਾਡੇ ਵੱਲ ਕਿ ਕੀ ਮੈਂ ਤੁਹਾਡੇ ਕੋਲ ਇੱਥੇ ਆਇਆ ਸਿਰਫ ਕਿਸਾਨ ਜਾਂ ਕਿਸਾਨ ਹਿਤੈਸ਼ੀ ਬੈਠੇ ਨੇ ਹੋਰ ਵਰਗ ਦੇ ਲੋਕ ਆਹ ਲੁਧਿਆਣਾ 10 ਕਿਲੋਮੀਟਰ ਤੇ ਖੜਾ ਹੈ ਹੋਰ ਵਰਗਾਂ ਦੇ ਲੋਕ ਰੱਖੀ ਅਵੇਅਰ ਨਹੀਂ ਕਰ ਪਾ ਰਹੇ ਅਸੀਂ ਉਹਨਾਂ ਨੂੰ ਜਾਂ ਫਿਰ ਉਹ ਆਉਣਾ ਨਹੀਂ ਚਾਹੁੰਦੇ ਦੇਖੋ ਮੂਵਮੈਂਟ ਇਹ ਪ੍ਰੀਮਲੀ ਸਟੇਜ 'ਚ ਆ ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਇਸ ਗੱਲ ਦਾ ਗਿਆਨ ਨਹੀਂ ਸੀ ਔਰ ਪੰਜਾਬ ਦੇ ਵਿੱਚ ਕੋਈ 20-25 ਸਾਲ ਬਾਅਦ ਇਹ ਅਫਸਰ ਜ ਅਵਾਰ ਆਇਆ ਅਵਾਰ ਕਿਸਾਨਾਂ 'ਚ ਜਿਉਂ ਜਿਉਂ ਲੋਕਾਂ ਦੇ ਵਿੱਚ ਗੱਲ ਜਾਊ ਅਸੀਂ ਦੇਖਿਆ ਬਹੁਤ ਜਗ੍ਹਾ ਬਣਾਇਆ ਬੁਲਾਇਆ ਸੀ ਆੜਤੀ ਆ ਰਹੇ ਨੇ ਸ਼ੈਲਰ ਮਾਲਕ ਆ ਰਹੇ ਨੇ ਦੁਕਾਨਦਾਰ ਆ ਰਹੇ ਨੇ ਦੇ ਰਹੇ ਸਾਥ ਮੇਰੇ ਪਿੰਡ 'ਚ ਆਏ ਨੇ ਉਹ ਲਾਜ਼ਮੀ ਆਉਣਗੇ ਜਿਉਂ ਜਿਉਂ ਲੋਕਾਂ ਨੂੰ ਪਤਾ ਚੱਲ ਜਾਊਗਾ ਵੀ ਇਹ ਇਕੱਲਾ ਕਿਸਾਨਾਂ ਦੀ ਲੜਾਈ ਨਹੀਂ ਇਹ ਕਿਸਾਨ ਐਕਟ ਨਹੀਂ ਹੈ ਇਹ ਲੋਕ ਵਿਰੋਧੀ ਐਕਟ ਆ ਇਹਨੇ ਖੇਤੀ ਖਤਮ ਕਰਤੀ ਸਾਰਾ ਕਾਰੋਬਾਰ ਠੱਪ ਹੋ ਗਿਆ ਪਿੰਡਾਂ ਦੇ ਵਿੱਚ ਜਿੰਨੇ ਕਾਰੋਬਾਰ ਚੱਲਦੇ ਨੇ ਦੁਕਾਨਾਂ ਬੰਦ ਹੋ ਜਾਣੀਆਂ ਸ਼ੈਲਰ ਬੰਦ ਹੋ ਜਾਣੇ ਨੇ ਸ਼ਹਿਰਾਂ ਦੇ ਜਿਹੜੇ ਕਾਰੋਬਾਰ ਚੱਲਦੇ ਉਹ ਬੰਦ ਹੋ ਜਾਣੇ ਨੇ ਲੋਕ ਸਮਝ ਰਹੇ ਨੇ ਮੂਵਮੈਂਟ ਦੇ ਵਿੱਚ ਆਉਣਾ ਥੋੜ੍ਹਾ ਟਾਈਮ ਲੱਗਦਾ ਪਹਿਲਾਂ ਅਸੀਂ ਇਹ ਸਮਝਦੇ ਹਾਂ ਵੀ ਇਹ ਪੂਰੀ ਤਰ੍ਹਾਂ ਨਾਲ ਕਿਸਾਨ ਮੂਵਮੈਂਟ ਆ ਜਿਹੜੀ ਇਹ ਪੈਰਾਂ ਪਾਰ ਹੋ ਜਾਵੇ ਇਕਮੁੱਠ ਹੋ ਜਾਵੇ ਔਰ ਜਿਹੜੇ ਲੋਕ ਇਹਨੂੰ ਪੰਕਚਰ ਕਰਨਾ ਚਾਹੁੰਦੇ ਆ ਪੰਕਚਰ ਕਰਨ ਦੀ ਕੋਸ਼ਿਸ਼ ਆ ਉਹਨਾਂ ਨੂੰ ਹੋ ਰਹੀ ਹੈ ਤੁਹਾਨੂੰ ਲੱਗਦਾ ਨਹੀਂ ਹੋਊਗੀ ਇਹ ਹੁਣ ਅੱਗੇ ਚਲੀ ਗਈ ਆਈਸੋਲੇਟ ਕਰ ਰਹੇ ਕੋਸ਼ਿਸ਼ ਆ ਉਹਨਾਂ ਦੀ ਕੋਸ਼ਿਸ਼ ਹੋਈ ਕੋਸ਼ਿਸ਼ ਕਰ ਰਹੇ ਆ ਦੇਖੋ ਮੈਂ ਪਿੰਡਾਂ 'ਚ ਜਾ ਕੇ ਆਇਆ ਥੱਲੇ ਲੋਕਾਂ ਨਾਲ ਵਾਸਤਾ ਜਿਹੜੇ ਕਮਿਟਡ ਪਾਰਟੀਆਂ ਦੇ ਲੋਕ ਨੇ ਉਹ ਕਹਿ ਰਹੇ ਨੇ ਵੀ ਅਸੀਂ ਗਏ ਆ ਜੀ ਉੱਥੇ ਰਾਹੁਲ ਦੇ ਗਏ ਆ ਅਸੀਂ ਇਹਦੇ ਸੁਖਬੀਰ ਦੇ ਵੀ ਗਏ ਆ ਪਰ ਗੱਲਾਂ ਥੋੜੀਆਂ ਠੀਕ ਨੇ ਅਸੀਂ ਤੁਹਾਡੇ ਨਾਲ ਮੂੰਹ ਮੱਥਾ ਰੱਖਣਾ ਪੈਂਦਾ ਹੈਗਾ ਠੀਕ ਹੈ ਵੱਡੀ ਗਿਣਤੀ 'ਚ ਜਿਹੜੀ ਕਿਸਾਨੀ ਆ ਜਿਹਨੂੰ ਆਪਾਂ ਕਿਸਾਨ ਕਹਿੰਦੇ ਆ ਇੱਕ ਕਮਿਟਡ ਲੋਕ ਹੁੰਦੇ ਨੇ ਪਿੰਡਾਂ ਦੇ ਵਿੱਚ ਕਾਂਗਰਸੀ ਅਕਾਲੀ ਵੰਡੇ ਹੋਏ ਨੇ ਉਹ ਥੋੜ੍ਹਾ ਹਿੱਸਾ ਛੱਡ ਲਈਏ ਬਾਕੀ ਸਾਰੇ ਲੋਕ ਇਹ ਬੋਲੀ ਬੋਲਣ ਲੱਗ ਪਏ ਨੇ ਔਰ ਇਹਨੂੰ ਹੁੰਗਾਰਾ ਮਿਲ ਰਿਹਾ ਮੈਂ ਹੁਣੇ ਪਿੰਡਾਂ ਜਾ ਕੇ ਨੌਜਵਾਨ ਆ ਰਿਹਾ ਬਾਈ ਜੀ ਨੌਜਵਾਨ ਮੱਕੜ ਸਾਹਿਬ ਨੌਜਵਾਨਾਂ ਦੇ ਉੱਤੇ ਬਹੁਤ ਵੱਡਾ ਸ਼ਿਕਵਾ ਸੀ ਕਿਹਾ ਜਾ ਰਿਹਾ ਸੀਗਾ ਕਿ ਸਿਰਫ ਗਾਇਕਾਂ ਵੱਲ ਜਾ ਰਹੇ ਆ ਜਥੇਬੰਦੀਆਂ ਵੱਲ ਘੱਟ ਆ ਰਹੇ ਆ ਤਾਂ ਮੈਂ ਇਹ ਚਾਹੁੰਦਾ ਜਾਣਨਾ ਤੁਹਾਡੇ ਤੋਂ ਅੱਜ ਪੰਜਾਬ ਦੇ ਵਿੱਚ ਇੱਕ ਇਤਿਹਾਸ ਆ ਜਿਹੜਾ ਉਹ ਸਿਰਜਿਆ ਗਿਆ ਵਾ ਦਿੱਲੀ ਤੋਂ ਹਾਕਮ ਆਉਂਦੇ ਆ ਤੇ ਪੰਜਾਬ ਦੇ ਨੌਜਵਾਨਾਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਦੋਸ਼ ਆ ਲਗਾ ਕੇ ਉਹ ਚਲੇ ਜਾਂਦੇ ਸੀਗੇ ਅੱਜ ਨੌਜਵਾਨਾਂ ਦੇ ਵੱਡੇ ਕਾਫਲੇ ਆ ਜਿਹੜੇ ਉਹ ਇਹਨਾਂ ਕਿਸਾਨਾਂ ਦੇ ਜਿਹੜੇ ਇਕੱਠ ਹੋ ਰਹੇ ਆ ਉਹਨਾਂ ਦੇ ਵਿੱਚ ਜੁੜ ਰਹੇ ਆ ਤੇ ਉਹਨਾਂ ਦੇ ਵਿੱਚ ਇੱਕ ਨਵੀਂ ਚੇਤਨਤਾ ਜਿਹੜੀ ਆ ਉਹ ਆ ਰਹੀ ਆ ਉਹਨਾਂ ਨੂੰ ਪਤਾ ਲੱਗ ਰਿਹਾ ਕਿਵੇਂ ਲਟੇਰੇ ਹਾਕਮ ਨੇ ਅੱਜ ਤੱਕ ਸਾਨੂੰ ਜਿਹੜੇ ਆਜ਼ਾਦੀ ਤੋਂ ਬਾਅਦ ਦੇ ਵਿੱਚ ਵੀ ਲੁੱਟਦੇ ਰਹੇ ਆ ਇਹ ਕਾਲੇ ਅੰਗਰੇਜ਼ ਨੇ ਅੱਜ ਦੇ ਇਹ ਨੌਜਵਾਨ ਜਿਹੜੇ ਇਹ ਜਿਹੜੀ
ਉੱਪਰਲੀ ਥੱਲੇ ਕਰ ਦਿੰਦੇ ਆ ਥੱਲੇਲੀ ਉੱਪਰ ਕਰ ਦਿੰਦੇ ਆ ਅੱਜ ਬਹੁਤ ਵੱਡਾ ਜੋਸ਼ ਆ ਜਿਹੜਾ ਇੱਕ ਤੂਫਾਨ ਬਣ ਕੇ ਉੱਠੂਗਾ ਪੰਜਾਬ ਦੇ ਵਿੱਚ ਤੇ ਮੋਦੀ ਨੂੰ ਜਿਹੜੇ ਕਾਨੂੰਨ ਨੇ ਵਾਪਸ ਲੈਣੇ ਪੈਣਗੇ ਤੁਹਾਨੂੰ ਲੱਗਦਾ ਵੀ ਇਹ ਠੰਡਾ ਨਹੀਂ ਹੋਊਗਾ ਹੁਣ ਮੈਂ ਇਹਨਾਂ ਦਾ ਕੋਟ ਲੈ ਲਾਂ ਬਹੁਤ ਦੇਰ ਤੋਂ ਕਹਿ ਰਹੇ ਨੇ ਤੁਹਾਨੂੰ ਲੱਗਦਾ ਕਿ ਇਹ ਕਿਉਂਕਿ ਲੰਬਾ ਜਦੋਂ ਚੱਲਦੀਆਂ ਹੈ ਬਹੁਤ ਲੰਬੇ ਅਸੀਂ ਧਨੇਰ ਸਾਹਿਬ ਵਾਲਾ ਦੇਖਿਆ ਸੀ ਕਿੰਨੀ ਲੰਬੀ ਆਪਾਂ ਮੂਵਮੈਂਟ ਲੈ ਗਏ ਉਹ ਫਿਰ ਕਾਮਯਾਬ ਹੋਏ 47 ਦਿਨ ਤਾਂ ਜਦੋਂ ਲੰਬੀ ਹੁਣ ਕਿੰਨਾ ਵੱਡਾ ਚੈਲੰਜ ਹੈ ਕਿ ਇਹਨੂੰ ਲੰਮਾ ਲੈ ਜਾਵਾਂਗੇ ਸਾਰੀ ਗੱਲ ਹਾਂ ਮੱਕੜ ਸਾਹਿਬ ਜੀ ਉਹ ਇਹ ਆ ਵੀ ਮੈਂ ਕੌਮਾਂ ਗਾਟਾ ਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਵੱਲੋਂ ਅਸੀਂ ਇਹ ਜੋ 31 ਜਥੇਬੰਦੀਆਂ ਦਾ ਮਾਨ ਘੋਲ ਚੱਲ ਰਿਹਾ ਕਿਸਾਨੀ ਦਾ ਉਹਦੀ ਪੂਰੀ ਮੁੱਢ ਤੋਂ ਲੈ ਕੇ ਅੱਜ ਤੱਕ ਡਟਵੀਂ ਹਮਾਇਤ ਕਰ ਰਹੇ ਹਾਂ ਪਹਿਲੀ ਦੂਜੀ ਅੱਜ ਅਸੀਂ ਨਵੇਂ ਇਲਾਕਿਆਂ ਬਾਰੇ ਸਾਡਾ ਇਹ ਸੁਝਾਅ ਹੈ ਨਿਮਰਤਾ ਸਰ ਜਬਰੀ ਨਹੀਂ ਅਸੀਂ ਕਰ ਸਕਦੇ 31 ਜਥੇਬੰਦੀਆਂ ਮਾਰਨੇ ਅਸੀਂ ਉਹਨਾਂ ਦਾ ਸਤਿਕਾਰ ਕਰਾਂਗੇ ਮੂਵਮੈਂਟ ਉਹਨਾਂ ਦੀ ਆ ਜਿਹੜੇ ਨਵੇਂ ਇਲਾਕਿਆਂ 'ਚ ਕਿਸੇ ਪਿੰਡ ਦੇ ਵਿੱਚ ਵੀ ਯੂਨਿਟੀ ਬਣਾਉਣੀ ਆ ਉਹ ਇੱਕੋ ਇੱਕ ਸਾਂਝੀ ਅੱਜ ਕਿਸਾਨ ਕਮੇਟੀ ਜਿੱਥੇ ਹੈ ਨਹੀਂ ਜਿੱਥੇ ਹੈ ਨਹੀਂ ਉਹਦੇ ਬਾਰੇ ਆ ਉੱਥੇ ਆਪਦੇ ਆਪਦੇ ਯੂਨਿਟ ਬਣਾਉਣ ਦੀ ਖਿੱਚ ਤੂੰ ਰਾਜ਼ ਹੋਵੇ ਬਾਅਦ ਜਿਹੜਾ ਜਿਹਦੇ ਨਾਲ ਠੀਕ ਲੱਗੂ ਖੜਜੂ ਕਮੇਟੀ ਵੀ ਸਾਂਝੀ ਹੀ ਕਿਸਾਨ ਕਮੇਟੀ ਨਵੇਂ ਇਲਾਕਿਆਂ ਦੇ ਵਿੱਚ ਪਿੰਡਾਂ 'ਚ ਬਣੇ ਇੱਕ ਬੇਨਤੀ ਇਹ ਆ ਸਾਡੀ ਕਮੇਟੀ ਵੱਲੋਂ ਨਿਮਰਤਾ ਸਾਹਿਬ ਪਰ ਜੋ ਅੰਤਮ ਫੈਸਲਾ ਹੋਊਗਾ ਉਹ ਇਹੀ ਕਰਨਾ 31 ਜਥੇਬੰਦੀਆਂ ਨੇ ਅਸੀਂ ਉਹ ਤੋਂ ਵੱਡੇ ਨਹੀਂ ਸਾਡਾ ਨਿਮਰਤਾ ਸਾਹਿਬ ਸੁਝਾਅ ਹੈ ਵੀ ਇੱਕੋ ਇੱਕ ਸਾਂਝੀ ਕਿਸਾਨ ਕਮੇਟੀ ਬਣੇ ਜਿੱਥੇ ਅੱਜ ਕੁਛ ਵੀ ਹੈ ਨਹੀਂ ਉੱਥੇ ਅੱਜ ਵੰਡ ਨਾ ਹੋਵੇ ਉੱਥੇ ਮੈਂ ਨਵਾਂ ਯੂਨਿਟ ਜਾਂ ਤੂੰ ਨਵਾਂ ਯੂਨਿਟ ਨਾ ਬਣਾਵੇਂ ਉੱਥੇ ਇੱਕੋ ਇੱਕ ਸਾਂਝੀ ਕਿਸਾਨ ਕਮੇਟੀ ਇਸ ਗੱਲ ਤੇ ਕੋਰਟ ਲੈ ਲਾਂ ਮੈਂ ਵਾਪਸ ਆ ਜਾਊਂਗਾ ਨਾ ਇੱਕ ਇੱਕ ਕਰਕੇ ਆਪਾਂ ਉਹਨਾਂ ਤੋਂ ਇਹ ਵੀ ਪੁੱਛ ਲੈਂਦੇ ਆ ਕਿ ਸਹਿਮਤੀ ਹੈਗੀ ਹੈ ਇਸ ਗੱਲ ਤੇ ਦੋ ਤਿੰਨ ਸਿਆਰ ਇੱਕ ਮਿੰਟ ਸਾਡੀ ਜਥੇਬੰਦੀ ਹਾਂਜੀ ਆਪਣੇ ਨਾਂ ਦੀ ਬਜਾਏ ਇਸ ਲਹਿਰ ਨੂੰ ਪਹਿਲ ਦਿੰਦੀ ਹੈ ਇਸ ਲਹਿਰ ਨੂੰ ਪਹਿਲ ਦਿੰਦੀ ਹੈ ਤੇ ਲਹਿਰ ਦੀ ਪਹਿਲ ਦੇ ਵਿੱਚ ਇਹ ਹੈ ਕਿ ਪਿੰਡਾਂ ਦੀਆਂ ਸਾਂਝੀਆਂ ਕਮੇਟੀਆਂ ਬਣਨ ਜੇ ਕਿਤੇ ਪਹਿਲਾਂ ਵੀ 3 ਜਾਂ 4 ਜਥੇਬੰਦੀਆਂ ਉਸ ਪਿੰਡ 'ਚ ਹੈਗੀਆਂ ਨੇ ਅੱਡ ਅੱਡ ਝੰਡਿਆਂ ਵਾਲੀਆਂ ਉਹਨਾਂ ਦੀ ਵੀ ਸਾਂਝੀ ਕਮੇਟੀ ਬਣੇ ਉੱਥੇ ਵੀ ਇੱਕ ਦੇ ਥੱਲੇ ਨਾ ਰਹੇ ਬਿਲਕੁਲ ਇੱਕ ਝੰਡਾ ਬਣੇ ਉੱਥੇ ਤੁਸੀਂ ਇੱਥੇ ਰਹੋ ਜਾਂ ਅੱਡ ਅੱਡ ਰਹੇ ਯਾਨੀ ਕਮੇਟੀ ਇੱਕ ਸਾਂਝੀ ਹੋਵੇ ਕਮੇਟੀ ਸਾਂਝੀ ਹੋਵੇ ਇਹਨਾਂ ਨੇ ਬਹੁਤ ਸੋਹਣੀ ਗੱਲ ਕੀਤੀ ਉਹ ਜਿੱਥੇ ਬਣੀਆਂ ਨੇ ਉਹਨਾਂ ਸਾਡੀ ਸਾਡੇ ਵਾਲੀ ਸਮਝੀ ਲਾਈਟ ਜੀ ਆ ਉਦੋਂ ਵੀ ਕਮਾਲ ਦੀ ਗੱਲ ਇਹਨਾਂ ਨੇ ਵਧੀਆ ਕੀਤੀ ਆ ਵੀ ਉਹਨਾਂ ਦੀ ਵੀ ਯੂਨੀਫਿਕੇਸ਼ਨ ਅੱਜ ਹੋ ਜਾਣੀ ਚਾਹੀਦੀ ਆ ਇਸ ਘੋਲ ਸਿਰ ਜੋ ਉੱਪਰ ਹੋ ਗਈ ਥੱਲੇ ਕਰ ਦੋ ਨਹੀਂ ਹੋ ਸਕਦੀ ਅਗਲੀ ਗੱਲ ਦੂਜਾ ਇਸੇ ਤਰ੍ਹਾਂ ਹੀ ਝੰਡਿਆਂ ਬਾਰੇ ਆ ਸਾਡਾ ਵੀ ਹਰੇ ਤੇ ਕਾਲੇ ਝੰਡੇ ਦੇ ਥੱਲੇ ਲੜੀ ਜਾਵੇ ਬਾਕੀ ਸਾਰਿਆਂ ਦੇ ਝੰਡੇ ਵੀ ਸਤਿਕਾਰਯੋਗ ਆ ਉਹਨਾਂ ਨੂੰ ਹੱਕ ਵੀ ਆ ਰੱਖਣ ਦਾ ਪੂਰਾ ਉੱਤੋਂ ਜੇ ਅੱਗੇ ਅਮਲੀ ਆ ਤਾਂ ਕੋਈ ਗੱਲ ਨਹੀਂ ਪਰ ਸਾਡੀ ਨਿਮਰਤਾ ਸਹਿਤ ਬੇਨਤੀ ਆ ਵੀ ਹਰ ਮੋਰਚੇ ਤੇ ਹਰਾ ਤੇ ਕਾਲੇ ਝੰਡੇ ਦੇ ਥੱਲੇ ਲੜਾਈ ਲੜੀ ਜਾਣੀ ਉਹ ਹੋਰ ਵੀ ਵਧੀਆ ਸਿੰਬਲ ਬਣ ਕੇ ਉਭਰੂ ਯੂਨੀਫਿਕੇਸ਼ਨ ਦਾ ਅਗਲੀ ਚਲੋ ਉਹ ਕੋਰਟ ਉਹਨਾਂ ਦਾ ਲੈ ਲਿਓ ਦੇਖੋ ਡੈਮੋਕ੍ਰੇਸੀ ਹੈ ਜੀ ਮੈਨੂੰ ਐਂ ਚੱਲਣਾ ਪੈਣਾ ਇੱਕ ਮਿੰਟ ਲਈ ਆਜੋ ਵਕੀਲ ਸਾਹਿਬ ਵੀ ਨੇੜੇ ਆ ਜਿਹੜੇ ਹਰੇ ਝੰਡੇ ਹੈ ਇਹ ਆਏ ਹੈ ਭਾਰਤੀ ਕਿਸਾਨ ਯੂਨੀਅਨ ਨਾਲ ਹਾਂਜੀ ਝੰਡੇ ਲੜਦੇ ਰਹੇ 1935 ਤੋਂ ਲੈ ਕੇ ਠੀਕ ਹੈ ਜਦੋਂ ਅੰਗਰੇਜ਼ ਸੀਗੇ ਅੰਗਰੇਜ਼ਾਂ ਦੇ ਵਿਰੁੱਧ ਵੀ ਕਿਸਾਨ ਲੜਦੇ ਰਹੇ ਹੈ ਉਦੋਂ ਉਹਨਾਂ ਦੇ ਝੰਡੇ ਲਾਲ ਰਹੇ ਹੈ ਠੀਕ ਹੈ ਤੇ ਹੁਣ ਵੀ ਜਿਹੜੀਆਂ ਜਥੇਬੰਦੀਆਂ 31 ਨੇ ਇਹਨਾਂ ਚੋਂ 8-9 ਜਥੇਬੰਦੀਆਂ ਦੇ ਝੰਡੇ ਅੱਡ ਅੱਡ ਤਰ੍ਹਾਂ ਨਾਲ ਲਾਲ ਨੇ ਮੈਨੂੰ ਇਹ ਹਰਾ ਤੇ ਲਾਲ ਦੋਵੇਂ ਚੱਲ ਸਕਦੇ ਆ ਇਹ ਬਹੁਤ ਵੱਡਾ ਕੋਈ ਉਹ ਨਹੀਂ ਹੋਣਾ ਹਾਂ ਮੇਰਾ ਮਤਲਬ ਇਹ ਕੱਲਾ ਹਰਾ ਕਹਿ ਕੇ ਨਾ ਵੀ ਹਾਂ ਯਾਨੀ ਮੈਨੂੰ ਐ ਲੱਗਦਾ ਹੈ ਵੀ ਜੇ ਝੰਡਿਆਂ ਦੇ ਰੰਗ ਬਰੰਗੇ ਜੇ ਝੰਡਿਆਂ ਦੇ ਰੰਗ ਬਰੰਗੇ ਰੰਗ ਨੇ ਦੇਖੋ ਡਾਇਲੋਗ ਬਹੁਤ ਇੰਪੋਰਟੈਂਟ ਹੈ ਡੈਮੋਕ੍ਰੇਸੀ ਡਾਇਲੋਗ ਤੋਂ ਬਿਨਾ ਕੁਝ ਨਹੀਂਗਾ ਗੱਲਬਾਤ ਇੰਪੋਰਟੈਂਟ ਹੈ ਮੋਦੀ ਨੂੰ ਗਾਲਾਂ ਸਾਰੇ ਤੁਸੀਂ 100 ਕੱਢੀ ਜਾਓਗੇ ਵੀਡੀਓ ਦੇ ਵਿਊ ਵੀ ਬੜੇ ਵਧੀਆ ਆ ਜਾਣੇ ਆ ਪਰ ਇਹ ਗੱਲਾਂ ਇੰਪੋਰਟੈਂਟ ਨੇ ਬਾਈ ਜੀ ਇਹ ਅਸਲ ਗੱਲਾਂ ਇਹ ਨੇ ਮੈਂ ਇਹ ਕਹਿਣਾ ਚਾਹੁੰਦਾ ਵੀ ਆਪਣਾ ਸਾਰਾ ਹਿੰਦੁਸਤਾਨ ਨੂੰ ਆਪਾਂ ਇੱਕ ਸਤਰੰਗੀ ਪੀਂਗ ਮੰਨਦੇ ਹਾਂ ਅੱਡ ਅੱਡ ਰੰਗਾਂ ਦਾ ਦੇਸ਼ ਹੈ ਇਹ ਅੱਡ ਅੱਡ ਦੇਸ਼ ਧਰਮਾਂ ਦਾ ਜਾਤਾਂ ਦਾ ਲੋਕਾਂ ਦਾ ਰੰਗਾਂ ਨਸਲਾਂ ਬੋਲੀਆਂ ਦਾ ਇਸੇ ਤਰ੍ਹਾਂ ਨਾਲ ਜੇ ਕਿਸਾਨਾਂ ਦੇ ਵਿੱਚ ਵੀ ਅੱਡ ਅੱਡ ਰੰਗ ਹੈ ਮੈਨੂੰ ਤਾਂ ਇਹ ਕੋਈ ਹਰਜ ਨਹੀਂ ਹੈ ਮੈਨੂੰ ਇਹ ਸੁੰਦਰ ਲੱਗਦੇ ਤੁਸੀਂ ਇਹ ਕਹਿ ਰਹੇ ਹੋ ਕਿ ਸਿਆਸੀ ਪਾਰਟੀਆਂ ਦੇ ਝੰਡੇ ਨਾ ਹੋਣ ਹਾਂ ਸਿਆਸੀ ਦੇ ਹਾਂ ਸਿਆਸੀ ਦੇ ਨਾ ਕਿਸਾਨਾਂ ਦੇ ਜਿਹੜੇ ਵੀ ਜਥੇਬੰਦੀਆਂ ਦਾ ਜਿਹੜਾ ਝੰਡਾ ਹੈ ਇਹ ਇਹਨਾਂ ਦਾ ਪੁਆਇੰਟ ਹੈ ਜੀ ਹੋ ਗਿਆ ਉਹ ਜੋ ਸਾਡੀ ਕਮੇਟੀ ਨੇ ਪਾਸ ਕੀਤਾ ਸੀ ਮੈਂ ਉਹ ਰੱਖਿਆ ਜੇ ਤੇ ਇਹਦੇ ਨਾਲ ਵੀ ਸਾਡੀ ਕਮੇਟੀ ਦੀ ਜਿੰਨੀ ਖੁੱਲੀ ਡੁੱਲੀ ਪਹੁੰਚ ਆ ਜੇ 31 ਜਥੇਬੰਦੀਆਂ ਪਾਸ ਕਰ ਦੇਣਗੀਆਂ ਵੀ ਇਹ ਵਿੱਚ ਲਾਲ ਝੰਡਾ ਵੀ ਹੋਵੇ ਸਾਨੂੰ ਕੋਈ ਦਿੱਕਤ ਨਹੀਂ ਹੋ ਮੈਂ ਇੰਨਾ ਕੁ ਮੈਂ ਗਰੰਟੀ ਕਰ ਸਕਦਾ ਪਰ ਫਿਲਹਾਲ ਪਾਸ ਉਹੀ ਕੀਤਾ ਜੋ ਮੈਂ ਪਹਿਲਾਂ ਬੋਲਿਆ ਪਾਸ ਬਿਲਕੁਲ ਨਹੀਂ ਪਾਸ ਚਲੋ ਉਹਨਾਂ ਨੂੰ ਗੱਲ ਆਪਾਂ ਇਸ ਗੱਲ ਦੇ ਉੱਤੇ ਵਿਰੋਧ ਨਹੀਂ ਪਾਸ ਕੀਤਾ ਜੀ ਤੁਸੀਂ ਨਹੀਂ ਇਹਨਾਂ ਦੀ ਅਸੀਂ ਤਾਂ ਆਪਦੇ ਅਗਲਾਸ ਦੀ ਗੱਲ ਕਰ ਰਹੇ ਹਾਂ ਗੱਲ ਕਮੀ ਬਣ ਚੁੱਕੇ ਆ ਕੱਲ ਨੂੰ ਜਿੰਨੀ ਕਿਸਾਨ ਲਹਿਰ ਚੱਲ ਰਹੀ ਆ ਵੱਡੀ ਦੇਸ਼ ਦੇ ਵਿੱਚ ਵੀ ਤੇ ਪੰਜਾਬ ਚ ਵੀ
पंजाब समेत सारे देश ओदे जोर ना ये लड़ाई लंबी चलू पर हर हाल से खत्म होगा। उन्ना चिर साडी ये बेनती है, असीं किसानां नूं कह रहे हैं संदेश कमेटी बई पिंड पिंड इन्ने जागरूक होवो, किसी भी गैर काश्तकार नूं सावधान कर दिओ बई तैनूं वध रेट दे के कारपोरेट पिंड दे विच ना वड़ जावे। जिहड़े एनआरआई भराई बैठे आ जां चंडीगढ़ बैठे जां दिल्ली जां पिंड च कोई बैठा, आपां थोड़ी अवेयरनेस वाली होवे। वकील साहब तुसीं, मैं चाहुंदा कि तुसीं इस दे विच किस तरह दा योगदान पा रहे हो इहदे बारे थोड़ा। इहदे ते बई जी साडा इह आ वी जिहड़ी किसानां दी मूवमेंट चली आ ये देखो मिसाली तौर पर आ भी पहला जिहड़ा पटियाले मोर्चा लग्या ते जिहड़ा बादल दे लंबी पिंड च लग्या मोर्चे ने, उन्हां तों बाद 31 किसान जथेबंदियां दे जिहड़े सद्दे आए ने पंजाब दे लोकां ने आप मुहारे होके उन्हां दा जिहड़ा सहयोग कीता वा। लुधियाणे दे विच मैं, मेरी रहायश लुधियाणे आ, मैं प्रैक्टिस लुधियाणे करदा, पहली बार एक किसानी दे अजिहे मुद्दे दे उत्ते ਸਾਡੀਆਂ ਵਕੀਲਾਂ ਦੀਆਂ ਬਾਹਰ ਐਸੋਸੀਏਸ਼ਨਾਂ ਨੇ ਪੰਜਾਬ ਦੀਆਂ ਨੇ ਲਗਭਗ ਹਰ ਜ਼ਿਲ੍ਹੇ ਦੇ ਵਿੱਚੋਂ ਮਤੇ ਪਾਏ ਨੇ ਕਿਸਾਨਾਂ ਦੇ ਹੱਕ ਦੇ ਵਿੱਚ, ਕਿਸਾਨੀ ਮੂਵਮੈਂਟ ਦੇ ਹੱਕ ਦੇ ਵਿੱਚ, ਔਰ ਹਰ ਵਰਗ ਜਿਹੜਾ ਚਾਹੇ ਉਹ ਵਕੀਲ ਆ, ਡਾਕਟਰ ਆ, ਕੋਈ ਛੋਟੇ ਮੋਟੇ ਮਤਲਬ ਜਿਹੜੇ ਮਤਲਬ ਕੰਮ ਕਰਨ ਵਾਲੇ ਰੇਹੜੀ ਫੜੀ ਵਾਲੇ ਮਜ਼ਦੂਰ ਵੀ ਨੇ, ਤੁਸੀਂ ਇਹ ਦੇਖੋ ਵੀ ਆਪ ਮੁਹਾਰੇ ਲੁਧਿਆਣੇ ਸ਼ਹਿਰ ਦੇ ਵਿੱਚ, ਮੈਂ ਜਿੱਥੇ ਬੀ ਆਰ ਐਸ ਨਗਰ ਦੇ ਵਿੱਚ ਰਹਿਣਾ ਉੱਥੇ ਦੁਕਾਨਾਂ ਲੋਕਾਂ ਨੇ ਆਪ ਮੁਹਾਰੇ ਬੰਦ ਕੀਤੀਆਂ ਨੇ, ਕਿਸਾਨਾਂ ਦੇ ਸੱਦੇ ਵੱਲ ਨੂੰ ਲੋਕ ਝਾਕਦੇ ਨੇ। ਦੂਜੀ ਗੱਲ ਬਾਈ ਜੀ ਜਿਹੜੀ ਤੁਸੀਂ ਆਹ ਡਿਸਕਸ ਕਰ ਰਹੇ ਹੋ, ਮੈਨੂੰ ਐਂ ਲੱਗਦਾ ਵੀ ਇਹਦੇ ਵਿੱਚ ਆਪਾਂ ਨਾ ਜਾਈਏ ਵੀ ਝੰਡਿਆਂ ਦੀ ਲੜਾਈ ਨਾ ਜਾਓ। 31 ਕਿਸਾਨ ਜਥੇਬੰਦੀਆਂ ਜਾਂ ਜਿਹੜੀਆਂ ਹੋਰ ਜਥੇਬੰਦੀਆਂ ਲੜ ਰਹੀਆਂ ਨੇ ਉਹਨਾਂ ਨੂੰ ਪੰਜਾਬ ਦੇ ਲੋਕ ਫੋਲੋ ਕਰ ਰਹੇ ਨੇ, ਪੰਜਾਬ ਦੇ ਲੋਕ ਉਹਨਾਂ ਦਾ ਮਤਲਬ ਜਿਹੜਾ ਹੈਗਾ ਵਾ ਉਹਨਾਂ ਦੀ ਕੋਈ ਵੀ ਕਾਲ ਆਉਂਦੀ ਆ ਬਹੁਤ ਹੀ ਬਖੂਬੀ ਤਰੀਕੇ ਨਾਲ ਲਾਗੂ ਕਰ ਰਹੇ ਨੇ। ਨਾ ਇਹ ਮੈਨੂੰ ਲੱਗਦਾ ਗੱਲ ਉਹਨਾਂ ਜਥੇਬੰਦੀਆਂ ਝੂਠੀ ਆ, ਇੱਥੋਂ ਤੱਕ ਕਿ ਜਿਹੜੀ ਮੇਰੀ ਜਾਣਕਾਰੀ ਹੈ ਬੇਸ਼ੱਕ ਉਹਦੇ 'ਚ ਗਾਇਕਾਂ ਨੇ ਵੀ ਯੋਗਦਾਨ ਪਾਇਆ ਵਾ। ਮੈਨੂੰ ਦੱਸੋ ਕਿ ਕਾਨੂੰਨੀ ਤੌਰ 'ਤੇ ਇਹਨੂੰ ਕਿਵੇਂ ਬੀਟ ਕੀਤਾ ਜਾ ਸਕਦਾ, ਕਾਨੂੰਨ ਦੇ ਵਿੱਚ ਕੋਈ ਲੂਪ ਹੋਲਸ ਇਦਾਂ ਦੇ ਇਹਨਾਂ ਨੇ ਛੱਡੇ ਨੇ ਕਿ ਜਿੱਥੋਂ ਇਹਨਾਂ ਨੂੰ ਅਸੀਂ ਨੱਪ ਲਈਏ ਜਾ? ਨਹੀਂ, ਉਹਦੇ 'ਚ ਇਹ ਹੈ ਜੀ ਦੇਖੋ, ਕਿਉਂਕਿ ਇਹਨਾਂ ਬਿੱਲਾਂ ਨੂੰ ਦੋਨਾਂ ਸਦਨਾਂ ਦੇ ਵਿੱਚ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਦੀ ਮਨਜ਼ੂਰੀ ਮਿਲ ਚੁੱਕੀ ਆ ਤੇ ਉਹ ਜਿਹੜੇ ਆ ਕਾਨੂੰਨ ਉਹ ਗ੍ਰਾਮ ਸਭਾ ਦਾ ਭਗਵੰਤ ਮਾਨ ਕਹਿ ਰਹੇ ਹੈ ਕਿ ਗ੍ਰਾਮ ਸਭਾਵਾਂ ਦੇ ਵਿੱਚ ਮਤੇ ਲੈ ਕੇ ਆਓ, ਉਸ ਤੋਂ ਬਾਅਦ ਉਹਦਾ ਕੋਈ ਫਾਇਦਾ ਹੋਊਗਾ? ਉਹਦਾ ਜਿਹੜਾ ਦੇਖੋ ਜਿਹੜਾ ਗ੍ਰਾਮ ਸਭਾ ਦੇ ਮਤਿਆਂ ਦਾ ਕੁਐਸਚਨ ਆ ਭਗਵੰਤ ਮਾਨ ਦਾ, ਮੈਨੂੰ ਨਹੀਂ ਪਤਾ ਵੀ ਕਿਸ ਐਂਗਲ ਤੋਂ ਉਹਨਾਂ ਨੇ ਕਾਨੂੰਨੀ ਐਂਗਲ ਤੋਂ ਸੋਚਿਆ ਵਾ। ਜਦੋਂ ਦੋਵੇਂ ਸਦਨਾਂ 'ਚ ਮਤੇ ਪਾਸ ਹੋ ਚੁੱਕੇ ਨੇ, ਰਾਸ਼ਟਰਪਤੀ ਦੀ ਮਨਜ਼ੂਰੀ ਹੋ ਚੁੱਕੀ ਆ, ਤਾਂ ਗ੍ਰਾਮ ਸਭਾਵਾਂ ਦੀ ਕੋਈ ਆਪਦੇ ਤੌਰ 'ਤੇ ਕੋਈ ਰੈਲੇਵੈਂਸੀ ਨਹੀਂ ਹੈ, ਪਰ ਆਪਣੇ ਤੌਰ 'ਤੇ ਪ੍ਰਾਪੋਗੰਡੇ ਦੇ ਲੈਵਲ ਤੋਂ ਲੋਕਾਂ ਨੂੰ ਅਵੇਅਰ ਕਰਨ ਦੇ ਕੁਐਸਚਨ ਦੇ ਉੱਤੋਂ, ਲੋਕਾਂ ਨੂੰ ਇਹਨਾਂ ਕਾਨੂੰਨਾਂ ਪ੍ਰਤੀ ਜਾਗਰੂਕ ਕਰਨ ਦੇ ਕੁਐਸਚਨ ਦੇ ਉੱਤੋਂ ਉਹ ਗ੍ਰਾਮ ਸਭਾਵਾਂ ਦੇ ਇਜਲਾਸ ਬੁਲਾਏ ਜਾਣੇ ਜ਼ਰੂਰੀ ਆ। ਕਈ ਵਾਰ ਮਤਲਬ ਪਿੰਡ ਪਿੰਡ ਇਹ ਪਤਾ ਲੱਗੂਗਾ। ਗ੍ਰਾਮ ਸਭਾ ਦਾ ਜੀ, ਅਸੀਂ ਪਿੰਡਾਂ ਦੇ ਵਿੱਚ ਜੋ ਵੀ ਦੱਸ ਰਹੇ ਵਕੀਲ ਸਾਹਿਬ, ਗ੍ਰਾਮ ਸਭਾ ਦਾ ਮਤਾ ਪਾਉਣ ਦਾ ਗੱਲ ਇਹ ਆ ਜੀ, ਕਹਿਣ ਦਾ ਮਤਲਬ ਕਿ ਉਹ ਕਾਨੂੰਨ ਬਣ ਗਿਆ, ਪਰ ਵਿਦ ਐਵੀਡੈਂਸ। ਕੱਲ੍ਹ ਨੂੰ ਸੁਪਰੀਮ ਕੋਰਟ 'ਚ ਜਾਣਾ ਜੀ, ਸੁਪਰੀਮ ਕੋਰਟ 'ਚ ਜਥੇਬੰਦੀਆਂ ਕੇਸ ਕਰਨਗੇ, ਉਹ ਸਾਡੇ ਵਿਦ ਐਵੀਡੈਂਸ ਉਹ ਉੱਥੇ ਨਾਲ ਲੱਗੂਗਾ ਕਿ ਹਰ ਵਰਗ ਕਿਸਾਨ ਪਿੰਡਾਂ ਦੇ ਇਸ ਚੀਜ਼ ਦੇ ਜੋ ਕਿਸਾਨੀ ਬਿੱਲ ਤੁਸੀਂ ਪਾਸ ਕਰ ਰਹੇ ਹੋ ਉਹ ਵਿਦ ਐਵੀਡੈਂਸ ਪੰਚਾਇਤਾਂ ਨੇ, 13,000 ਪੰਜਾਬ ਦੀਆਂ ਪੰਚਾਇਤਾਂ ਨੇ ਕਿ ਉਹਨਾਂ ਦੇ ਪਿੰਡਾਂ ਦੇ ਲੋਕਾਂ ਨੇ ਇਹ ਐਵੀਡੈਂਸ ਦਿੱਤਾ ਕਿ ਸਾਨੂੰ ਇਹ ਬਿੱਲ ਮਨਜ਼ੂਰ ਨਹੀਂ। ਕੱਲ ਨੂੰ ਉੱਥੇ ਸੁਪਰੀਮ ਕੋਰਟ ਦੇ ਵਿੱਚ ਇੱਕ ਸਾਡਾ ਪੱਖ ਰੱਖਿਆ ਜਾਊਗਾ, ਐਵੀਡੈਂਸ ਹੋਊਗਾ ਜੀ। ਇਸ ਪੱਖ ਤੋਂ ਠੀਕ ਆ ਜੀ ਇਹ, ਕਿਉਂਕਿ ਕੋਰਟ ਦੀ ਪਲੀਡਿੰਗ ਦੇ ਵਿੱਚ ਜਦੋਂ ਕੋਈ ਵੀ ਪਟੀਸ਼ਨ ਉੱਥੇ ਫਾਈਲ ਹੋਣੀ ਆ, ਇਹ ਇਹਨਾਂ ਦੀ ਇਸ ਪੱਖ ਤੋਂ ਠੀਕ ਆ ਗੱਲ ਕਿ ਬਹੁਤ ਸਹਿਮਤੀ ਜਿਹੜੀ ਲੋਕਾਂ ਦੀ ਆ ਇਸ ਕਾਨੂੰਨ ਦੇ ਖਿਲਾਫ। ਕੋਸ਼ਿਸ਼ ਕਰ ਰਹੇ ਹੋ ਕਿ ਪਿੰਡ ਪਿੰਡ ਜਿਹੜੀ ਗ੍ਰਾਮ ਸਭਾ ਬੁਲਾਉਣ ਦਾ ਜੋ ਤਰੀਕਾ ਹੁੰਦਾ ਉਸ ਤਰੀਕੇ ਪਿੰਡਾਂ 'ਚ ਜੀ, ਅਸੀਂ ਤਕਰੀਬਨ ਜਿੰਨੇ ਵੀ ਆਪਣੇ ਪੰਜਾਬ ਦੇ 13,000 ਦੇ ਪਿੰਡ ਆ, ਸਾਰਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਹਰ ਪਿੰਡ ਪਿੰਡ ਪੱਧਰ 'ਤੇ ਇਹੀ ਕਹਿ ਰਹੇ ਹਾਂ ਕਿ ਵੱਧ ਤੋਂ ਵੱਧ ਗ੍ਰਾਮ ਸਭਾ ਸਾਰੀਆਂ ਬਣਾ ਕੇ ਆਪਾਂ ਉਹਨਾਂ ਨੂੰ ਮਤੇ ਪਾ ਕੇ ਘੱਟੋ ਘੱਟ 200-300 ਬੰਦ ਜਿੰਨੇ ਪਰ, ਇੱਕ ਤੁਹਾਨੂੰ ਇਹ ਵੀ ਦੱਸਣੀ ਚਾਹੁੰਦਾ ਵਕੀਲ ਸਾਹਿਬ ਵੀ ਖੜ੍ਹੇ ਨੇ ਕਿ ਜਿੰਨੀ ਪਿੰਡ ਦੀ ਪਾਪੂਲੇਸ਼ਨ ਆ, ਮੰਨ ਲਓ ਕਿ 1,000 ਬੰਦੇ ਦੀ ਉੱਥੇ ਪਾਪੂਲੇਸ਼ਨ ਆ, ਤਾਂ ਉਹਦਾ ਚੌਥਾ ਹਿੱਸੇ ਦੇ ਉੱਤੇ ਸਾਈਨ ਹੋਣੇ ਜ਼ਰੂਰੀ ਆ, ਘੱਟ ਤੋਂ ਘੱਟ ਚੌਥਾ ਹਿੱਸਾ ਜੀ। ਉਹਦੇ ਨਾਲ ਇਹ ਆ ਕਿ ਜਿੰਨਾ ਪਿੰਡ ਦਾ ਇੱਕ ਇਹ ਹੋਊਗਾ ਕਿ 25% ਦੇ ਵੱਧ ਤੋਂ ਵੱਧ ਲੋਕਾਂ ਦਾ ਸਮਰਥਨ ਆ ਕਿ ਇਹਨੂੰ ਆਪਾਂ ਸੁਪਰੀਮ ਕੋਰਟ ਦੇ ਵਿੱਚ ਸੈਕਸ਼ਨ ਸ਼ਾਇਦ 29-21 ਦੇ ਰਾਹੀਂ ਉੱਥੇ ਪਟੀਸ਼ਨ ਪਊਗੀ। ਜੋ ਗੱਲਾਂ ਕਰ ਰਹੀਆਂ ਨੇ ਸਰਕਾਰਾਂ ਦੀ ਗੱਲ, ਜਿੱਦਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਦਣ ਕਿਸਾਨ ਜਥੇਬੰਦੀਆਂ ਨੂੰ ਸੱਦਿਆ, ਉਹਨਾਂ ਨੂੰ ਕਹਿੰਦੇ ਕਿ ਮੈਂ ਅਸੀਂ ਇਹਨਾਂ ਦੀ ਚਲੋ ਵਿਧਾਨ ਸਭਾ ਦੇ ਵਿੱਚ ਇਹ ਕਰਾਂਗੇ ਆਪਣਾ ਦਾ ਇਹਨੂੰ ਖਿਲਾਫ ਇਹਦੇ ਅਸੀਂ ਬਿੱਲ ਲਿਆਵਾਂਗੇ ਜਾਂ ਉਸ ਨੇ ਅਸੀਂ ਸੁਪਰੀਮ ਕੋਰਟ ਦੇ ਵਿੱਚ ਕੇਸ ਕਰਾਂਗੇ। ਪਰ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕੀਤੀ ਆ ਕਿ ਅਸੀਂ ਵੀ ਉਹਨਾਂ ਨੂੰ ਇਹ ਕਹਿ ਰਹੇ ਹਾਂ ਕਿ ਸਰਕਾਰਾਂ ਦੇ ਸਹਾਰੇ ਨਹੀਂ ਰਹਿਣਾ, ਕਿਉਂਕਿ ਪਾਣੀ ਦੇ ਮੁੱਦਿਆਂ 'ਤੇ ਵੀ ਅੱਗੇ ਕੇਸ ਚਲਾਏ ਨੇ, ਇਹ ਮੁੱਦਾ ਪਾਣੀ ਦੇ ਉਹ ਅਜੇ ਵੀ ਲਟਕ ਰਹੇ ਨੇ ਜੀ।
पर जिहड़ा ये मुद्दा ये लटकण वाला नहीं हैगा, इहदा फौरनी एक्शन लेना पैना, क्योंकि अज तुसीं इक गल कीती कि थोड़े बंदे क्यों आ रहे हैं, क्योंकि पंजाब दे विच जी मैं नहीं कहा कि थोड़े क्यों आ रहे, मैं कहा भी बाकी कदों साथ दे रहे हैं कि नहीं दे रहे हैं। महामारी बंदे लाउड नहीं है जी, 144 लगे, कल राहुल गांधी आया जी, ऐतवार का लॉकडाउन भी चकता जी, उन्होंने मंत्री ने स्टेज तो संगरूर कहता भी सानू मास्क की परवाह नहीं हैगी, फिर तुसी आप ही देखो फिर इत्थे लोकां नू कद लिखा चल कर रहे हो, लोकां नू चलान कटी जांदे। मैं आखिर दे विच आखरी मैं कमेंट चाहना, संघर्ष विढ लिया, कानून दे विच ते भी है नहीं रिलायंस दा असीं पंप नहीं बंद करा सकदे, कानून दे विच ते भी है नहीं असीं टोल प्लाजा बंद करा दईए, असीं कानून तों अगे संघर्ष विढिया, संघर्ष दे विच करो जां मरो वाली गल आ जांदी। खूबसूरत गल कीती, बहुत वधिया गल कीती है तुसीं, आखरी कोट। हां जी हां जी, मैं इहनां नाल गल करनी चाहुंदा, प्लीज प्लीज प्लीज, तुहानूं लगदा कि असीं अक्सर चर्चा करदे रहिंदे सी कि मोदी दा जो जिस तरह दा प्रबंध उह लै के आ रिहा है उहदे नाल कम्युनलिज़म वध रिहा है, लोक जिहड़े ने धार्मिक उस च पै रहे है और हौली हौली हरेक नूं अफैक्ट होगा, वह आउंदे आउंदे चीज़ां पंजाब वाल अज आईआं तां सानूं हुणे महसूस होया कि साढ़े ते किन्ना असर पाता इस सरकार ने। इदां आ कि असर उदों तक पैंदा कम्युनलिज़म दा जद तक लोक नहीं जागदे, जदों लोक जाग जांदे आ, जदों उहनां नूं पता लग जांदा आ, जदों उहनां दी रोटी ते हमला हुंदा आ, जदों इह काले कानून उहनां दे मौत दे वारंट बन जांदे आ, तां जिहड़ा इह कम्युनलिज़म आ बेशक उसने बहुत वड्डा असर पाया, पर अज उन्हें तुसी थां थां ते देखोगे कि इसका असर बहुत घट है, हुण सारे सगों लोग कट्ठे हो रहे। मैं कहनी हां कि उसने किसानां नूं, मजदूरां नूं, मुलाजमां नूं, औरतां नूं, सारयां नूं कट्ठे होण दा एक बहुत वड्डा मौका दे दित्ता है, क्योंकि वह देख चुके हैं कि जिहड़े कम्युनलिज़म आ इह कदे भी चंगे समाजां दा हल नहीं, इह तख्तां वास्ते भी बहुत माड़ा है, उन्हां नूं लगदा होगा कि बहुत चंगा आ, असीं इक गऊ दे नां ते किसी नूं मार सकते हैं, असी किसी एक दलित कुड़ी ते बाकियां ते असी कर सकते हैं जेडे लिंगक हमले वह कर सकते हैं, जो हुण हाथरस ते होया मैं लगता है कि शर्म नाल डुब के मर जाना चाहिए, ये जेडे जातां च वंडना धर्मां च वंडना ये लोगों नूं परवाह नहीं है हुण, और जेडे लोग ने उन्होंने एक बहुत वड्डा फैसला कर लिया, हुण किसानी लहर राही एक बहुत वड्डा फैसला हो गया आ कि इन्हां दे हर जिहड़ा कानून है, इन्हां दी जिहड़ी हर गल दा विरोध है, ओह इकट्ठे हो के संघर्ष करके इन्हां दा मोड़वां जिहड़ा जवाब है ओह दित्ता जा सकदा, कदे भी जिहड़े इतिहास है ओह तख्तां ते बह के किसे किताब च नहीं लिखे जांदे, ओह लिखे जांदे आ सड़कां दे उत्ते, ओह लिखे जांदे आ डांगां दे उत्ते, ओह लिखे जांदे आ जेलां दे विच, ओह लिखे जांदे आ काले पाणियां दे विच, और लोक साडे जिहड़े पंजाब दे लोक है इक अलग मिट्टी दे है, इन्ने विदेशियां दे हल्ले डक्के है इन्हां दे विच, ओह खून है और ये हल्ला तो वह देखते सिगे भी साढ़े ते असरअंदाज किवें है, हुण जदों औरतां दे चुल्हे ते एक हमला हो गया, जदों उन्हां दी रसोई दे उत्ते हमला हो गया, किसान जिहड़ियां औरतां ने वह किसानी मुद्दियां तो जिहड़ियां बेलाग नहीं गईयां वह सब कुछ जानदियां ने, हाँ उन्हां दे भी काम बहुत ज़्यादा आ, वह इस संघर्ष दे विच कुद्दियां आ, और जिहड़ियां दो कुड़ियां ने वह लीड कर रहीयां आ, इह इस संघर्ष लई एक बहुत वड्डी ਜਿਹੜੀ ਵਧੀਆ ਗੱਲ ਆ, ਬਹੁਤ ਮਾਣ ਵਾਲੀ ਗੱਲ ਆ, ਅਵੇਅਰ ਹੈਗੀਆਂ ਸਾਡੀਆਂ ਮਾਵਾਂ ਧੀਆਂ ਭੈਣਾਂ ਉਹ ਵੀ ਆਉਣਗੀਆਂ ਤੇ ਉਹ ਵੀ ਆ ਰਹੀਆਂ, ਉਹ ਆ ਰਹੀਆਂ ਨੇ, ਤੁਸੀਂ ਬਹੁਤ ਸਾਰੇ ਆਪਾਂ ਜਿੱਥੇ ਰੇਲਵੇ ਲਾਈਨਾਂ ਦੇ ਉੱਤੇ ਲੱਗੇ ਹੋਏ ਹੈ ਰੇਲ ਰੋਕ ਅੰਦੋਲਨ ਨੇ, ਉਹ 'ਚ ਬਹੁਤ ਵੱਡੀ ਗਿਣਤੀ ਵਿੱਚ ਔਰਤਾਂ ਆ ਰਹੀਆਂ ਨੇ, ਔਰ ਤੁਸੀਂ ਬਹੁਤ ਜਿਹੜੇ ਆਪਣੇ ਆਪ ਨੂੰ ਸਮਝਦੇ ਨੇ ਨਾ ਵੀ ਅਸੀਂ ਬਿੱਲਾਂ ਬਾਰੇ ਬਹੁਤ ਕੁਛ ਜਾਣਦੇ ਹਾਂ, ਤੇ ਜਾਣਦੇ ਨਹੀਂ ਕੁਛ ਹੁੰਦੇ, ਜਸਟ ਵਿਰੋਧ ਕਰਨਾ ਹੁੰਦਾ, ਉਹ ਕਹਿਣਗੇ ਕਿ ਕਿਸਾਨਾਂ ਨੂੰ ਤਾਂ ਬਿੱਲਾਂ ਬਾਰੇ ਪਤਾ ਨਹੀਂ, ਜਿਵੇਂ ਬੀਜੇਪੀ ਕਹਿੰਦੀ ਹੈ ਕਿਸਾਨਾਂ ਨੂੰ ਨਹੀਂ ਬਿੱਲਾਂ ਬਾਰੇ ਪਤਾ, ਇਹਦਾ ਵਿਰੋਧੀ ਪਾਰਟੀਆਂ ਦਾ ਆ, ਇੱਦਾਂ ਹੀ ਔਰਤਾਂ ਬਾਰੇ ਕਹਿੰਦੇ ਹੈ ਕਿ ਔਰਤਾਂ ਵਿਚਾਰੀਆਂ ਇਹ ਤਾਂ ਚੁੱਲ੍ਹੇ 'ਤੇ ਰੋਟੀ ਪਕਾ ਲੈਣ, ਭਾਂਡੇ ਮਾਂਜ ਲੈਣ, ਕੱਪੜੇ ਧੋ ਲੈਣ, ਪਰਿਵਾਰ ਸਾਂਭ ਲੈਣ, ਬਸ ਬਹੁਤ ਹੈ ਇਹਨਾਂ ਨੂੰ ਬਿੱਲਾਂ ਦੇ ਨਾਲ ਕੀ, ਔਰਤ ਨੂੰ ਸਭ ਤੋਂ ਵੱਧ ਹੈ ਬਿੱਲ ਜਿਹੜੇ ਕਾਨੂੰਨ ਬਣੇ ਹੈ ਔਰਤਾਂ ਨੂੰ ਸਭ ਤੋਂ ਵੱਧ ਉਹਨਾਂ 'ਤੇ ਅਸਰਅੰਦਾਜ਼ ਹੈ, ਉਹਨਾਂ ਦੀ ਮੌਤ ਦੇ ਵਰੰਟ ਹੈ, ਉਹਨਾਂ ਦਾ ਘਰ ਨਾ ਬਚਿਆ, ਉਹਨਾਂ ਦੀ ਰਸੋਈ ਨਾ ਬਚੀ, ਉਹਦਾ ਪਿੰਡ ਨਾ ਬਚਿਆ, ਉਹਦਾ ਪੰਜਾਬ ਨਾ ਬਚਿਆ, ਉਹਦਾ ਹਿੰਦੁਸਤਾਨ ਨਾ ਬਚਿਆ, ਤੇ ਉਹਨੇ ਉਹ ਹੁਣ ਨਹੀਂ ਸੰਘਰਸ਼ ਦੇ ਵਿੱਚ ਕੁੱਦੂਗੀ ਤਾਂ ਕਦੋਂ ਕੁੱਦੂਗੀ। ਮੇਰਾ ਇੱਕ ਸਵਾਲ ਹੈ ਇਹਦੇ 'ਚ ਕਿ ਕੀ ਪੰਜਾਬ ਦੀਆਂ ਔਰਤਾਂ
मोदी दे तख्त दे पावे हलाउण दी हुण ताकत रखदी है कि जे उतरे आईआं तां उह हला देणगीआं। बिल्कुल तुसीं देखो कि औरतां दे जे एडे वड्डे जिहड़े इकट्ठ ने निर्भया केस वेले जिन्हां ने दुनिया फड़ के हलाई है और उन्हां ने मजबूर कीता है कि उह इक अजिहा कानून जिहड़ा उह लै के आउण लागू किवें हुंदा इह अलग गल होगी। हुण जिहड़ा हाथरस दे विच होया और बड़े सारे आसफा वाले होए है केस और रोज ही हो रहे हैं, जदों रोज ही औरतां दे नाल बलात्कार हो रहे हैं तां इह साडे किसी भी कौम वाली कोई शान की गल नहीं है, इह तां डुब के मरन वाली गल है तख्तों वास्ते कि उन्हां दी जिम्मेवारी बनती है किस तरह के केस रोकण और औरतां हर जगह ते उठ रही है। पर की है, सारा कुछ इंटरकनेक्टेड है, चाहे ये कानून होण चाहे वह घटनावां होण चाहे पूरी जिस तरह कम्युनलिज्म नूं वधावा ये इंटरकनेक्टेड है। बिल्कुल बिल्कुल इंटरकनेक्टेड है। देखो एक पासे औरतां ते हमला, उन्हां दी इज्जत ते हमला, दूजा कि गरीब ते जिहड़े नीवी जाति वाले उन्हां ते हमला, दूजे पासे किसानां ते जिहड़े किरती ने उन्हां ते हमला, मजदूर जिहदे उत्ते इक आर्थिक किसानां ते मजदूरां ते आर्थिकता दा पहिया चलदा आ उन्हां ते हमला, दूजे पासे कम्यूनल कम्यूनलिज्म, तीजे पासे जिहड़ा हैगा उह जिहड़े मुलाजम ने कि ठेके ते आ जाओ 1,000 रुपया लै लो 10,000 लै लो, एक ठेके ते मुलाजमां ते हमला, साडे नौजवान मेरे पुत्रां ते हमला जिन्हां नूं नशे दे विच इन्हां दे उसरगियां अटारियां ते साडे मुंडिया दे नित सिवे बलदे आ, मतलब कि हर एक पासे तो साडे बच्चों को सिक्ख्या नहीं हैगी, ठीक है कि नहीं, हर एक पासे तो हमला और ये सारिया जड़िया जंजीरा ने एक दूजे नाल जुड़िया हुई ने और एक दूसरे तो अलग नहीं है, उन्हां दी सोच तो बिल्कुल नहीं अलग और साडे जड़े असी सोचते हैं घोल लड़न बारे और साडे तो बिल्कुल एक दूजे नाल मसले जुड़े हुए हैं और बिल्कुल एक दूजे नाल अलग नहीं है, एक कट्ठा हमला है और कट्ठे हमलों नूं कट्ठे हो के जवाब दिता जा सकदा। बहुत धन्यवाद। लास्ट दे विच आखर दे विच लास्ट मैसेज एक मैसेज आखर दे जवाब दे एक मिनट। ਤੁਸੀਂ ਇੱਕ ਔਰਤਾਂ ਦੀ ਗੱਲ ਕਰੀ ਸੀ, ਜੇ ਮੋਦੀ ਨੇ ਵਿਆਹ ਕਰਵਾ ਲਿਆ ਸੀ ਉਹਨੇ ਘਰ ਵਸਾਇਆ ਹੁੰਦਾ ਇੱਕ ਔਰਤ ਦੀ ਰਾਇ ਲਈ ਹੁੰਦੀ ਤਾਂ ਦੇਸ਼ ਦੇ ਅੱਜ ਹਾਲਾਤ ਇਹ ਨਹੀਂ ਸੀ ਹੋਣੇ। ਤੁਸੀਂ ਔਰਤ ਬਾਰੇ ਪੁੱਛਿਆ, ਔਰਤ ਇੱਕ ਮੰਤਰੀ ਆ ਰਾਜੇ ਨੂੰ ਸਿੱਖਿਆ ਦੇਣ ਵਾਲਾ, ਜੇ ਉਹਨੇ ਕਿਸੇ ਔਰਤ ਦੀ ਸਿੱਖਿਆ ਲਈ ਹੁੰਦੀ ਅੱਜ ਦੇਸ਼ ਸੜਕਾਂ ਦੇ ਤੇ ਨਹੀਂ ਦੀ ਰੁਲ ਰਿਹਾ ਹੁੰਦਾ, ਇਹ ਸਭ ਉਹਦਾ ਵਿਆਹ ਕਰਵਾ ਕੇ ਔਰਤ ਛੱਡ ਕੇ ਦੇਸ਼ ਨੂੰ ਰੋਲਣ ਦਾ ਸਾਰਿਆਂ ਨਾਲੋਂ ਵੱਡਾ ਕਾਰਨ ਹੀ ਇਹੀ ਆ। ਸੋ ਬੇਨਤੀ ਇਹ ਕਰਦੇ ਆ ਜੀ ਸਿਮਰਨਜੋਤ ਜੀ ਕਿ ਅਸੀਂ ਸਾਰੇ ਤੁਹਾਡੇ ਚੈਨਲ ਦੇ ਮਾਧਿਅਮ ਖਾਸ ਕਰਕੇ ਯੂਥ ਨੂੰ ਇਹ ਬੇਨਤੀ ਕਰਨੀ ਆ ਕਿ ਜਿਸ ਤਰ੍ਹਾਂ ਕਾਂਗਰਸ ਦੇ ਉਸ ਦਿਨ ਸ਼ੰਭੂ ਬਾਰਡਰ ਦੇ ਉੱਪਰ ਪਹਿਲਾਂ ਟਰੈਕਟਰ ਚਲਾਇਆ ਗਿਆ, ਸੋ ਉਸ ਤੋਂ ਬਾਅਦ ਉਸ ਨੂੰ ਸੰਸਦ ਦੇ ਬਾਹਰ ਜਾ ਕੇ ਚਲਾਇਆ ਗਿਆ, ਤਾਂ ਉਸ ਤੋਂ ਬਾਅਦ ਅਕਾਲੀ ਦਲ ਦੇ ਇਕੱਠ ਦੇ ਵਿੱਚ ਟਰੈਕਟਰ ਨੂੰ ਚਲਾਇਆ ਗਿਆ। ਟਰੈਕਟਰ ਸਾਡਾ ਗੁਰੂ ਆ, ਸਾਡੀ ਖੇਤੀ ਨਾਲ ਜੁੜਿਆ, ਅਸੀਂ ਉਹਦੇ ਨਾਲ ਤਾਂ ਖੇਤੀ ਕਰਦੇ ਹਾਂ। ਸੋ ਇਹ ਰਾਜਨੀਤਿਕ ਪਾਰਟੀਆਂ ਇਹ ਗਲਤ ਮੈਸੇਜ ਦੇ ਰਹੀਆਂ, ਦੇਖਣ ਵਾਲੇ ਸੋਚਣਗੇ ਕਿਸਾਨ ਤਾਂ ਟਰੈਕਟਰ ਚਲਾ ਰਹੇ ਨੇ। ਸੋ ਇਹ ਰਾਜਨੀਤਿਕ ਪਾਰਟੀਆਂ ਨੂੰ ਇਹ ਗੱਲ ਅਸੀਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਯੂਥ ਨੂੰ ਨਾ ਭੜਕਾਵੋ। ਸੋ ਇਹ ਰਾਜਨੀਤਿਕ ਪਾਰਟੀਆਂ ਯੂਥ ਨੂੰ ਭੜਕਾਉਣਾ ਚਾਹੁੰਦੀਆਂ, ਸੋ ਅਸੀਂ ਬੇਨਤੀ ਕਰਾਂਗੇ ਸਾਰੇ ਯੂਥ ਨੂੰ ਕਿ ਇਹਨਾਂ ਦੀਆਂ ਚਾਲਾਂ ਤੋਂ ਬਚ ਕੇ ਚੱਲਿਓ, ਰਾਜਨੀਤਿਕ ਪਾਰਟੀਆਂ ਤੋਂ ਇਹੋ ਜਿਹਾ ਕੋਈ ਵੀ ਐਕਸ਼ਨ ਨਾ ਕਰਿਓ, ਆਪਾਂ ਸ਼ਾਂਤਮਈ ਢੰਗ ਨਾਲ ਕਰਨਾ। ਜੋ 25 ਤਰੀਕ ਦਾ ਜੋ ਧਰਨਾ ਹੋਇਆ ਪੂਰਾ UNO ਦੇ ਵਿੱਚ ਵੀ ਇਹ ਆਵਾਜ਼ ਗਈ ਆ ਕਿ ਪੰਜਾਬ ਦੇ ਪਹਿਲੀ ਵਾਰੀ ਭਾਰਤ ਦੇ ਵਿੱਚ ਵੀ ਪੰਜਾਬ ਦੇ ਵਿੱਚ ਜਿੰਨਾ ਵੀ ਕਿਸਾਨਾਂ ਨੇ ਮਜ਼ਦੂਰਾਂ ਨੇ ਸੰਘਰਸ਼ ਕੀਤਾ ਬਹੁਤ ਹੀ ਸ਼ਾਂਤਮਈ ਹੋਇਆ, ਕੋਈ ਤੋੜ ਭੰਨ ਨਹੀਂ ਹੋਈ, ਇਹ ਇੱਕ UNO ਦੇ ਵਿੱਚ ਸਾਡਾ ਇੱਕ ਪੱਖ ਰੱਖਿਆ ਗਿਆ ਜੀ। ਠੀਕ ਹੈ, ਬਹੁਤ ਲਾਜ਼ਮੀ, ਹਾਲਾਂਕਿ ਪਹਿਲੀ ਵਾਰ ਤਾਂ ਨਹੀਂ ਹੈ, ਇਸ ਤੋਂ ਵੱਡੇ ਸੰਘਰਸ਼ ਹੁੰਦੇ ਰਹੇ ਜੋਧਾ ਸਾਹਿਬ, ਪਰ ਇਹ ਮੇਰੇ ਖਿਆਲ ਇਹ ਹੈ ਕਿ ਉੱਥੋਂ ਤੱਕ ਆਵਾਜ਼ ਜ਼ਰੂਰ ਗਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਜਦੋਂ ਇੱਕ ਮਹੀਨਾ ਲੋਕਾਂ ਨੇ ਸੜਕਾਂ ਜਾਮ ਰੱਖੀਆਂ, ਮੁੱਖ ਮੰਤਰੀ ਉਪ ਮੁੱਖ ਮੰਤਰੀ ਬਾਹਰ ਨਹੀਂ ਸੀ ਨਿਕਲ ਜਾਏ, ਇੱਕ ਵੀ ਕੋਈ ਘਟਨਾ ਨਹੀਂ ਸਾਨੂੰ ਮਿਲੀ। ਹੁਣ ਪੰਜਾਬ ਦੇ ਲੋਕ ਤਜਰਬੇ ਤੋਂ ਸਿੱਖ ਚੁੱਕੇ ਨੇ ਵੀ ਵਾਇਲੈਂਸ ਇਹਨਾਂ ਦੇ ਫਾਇਦੇ 'ਚ ਆ, ਉਹ ਕਰਾ ਸਕਦੇ ਨੇ, ਉਹ ਕਿਤੇ ਨਾ ਕਿਤੇ ਗੜਬੜ ਕਰਾ ਸਕਦੇ ਆ, ਉਹ ਬੰਦੇ ਮਰਵਾ ਸਕਦੇ ਨੇ, ਪਰ ਲੋਕ ਹੁਣ ਮੈਚਿਓਰ ਹੋ ਚੁੱਕੇ ਨੇ, ਇਸ ਲਈ ਇਹ ਸੰਘਰਸ਼ ਆ ਜਿਹੜਾ ਇਹਨੂੰ ਤੋੜਨਾ ਕੋਈ ਸੌਖਾ ਕੰਮ ਨਹੀਂ ਹੈ। ਔਰ ਇਹ ਪੰਜਾਬ ਦਾ ਸੰਘਰਸ਼ ਜਦੋਂ ਪੈਰਾਂ ਪਾਰ ਪੂਰੀ ਤਰ੍ਹਾਂ ਆ ਗਿਆ, ਇਹਨੇ ਹੱਲਾਸ਼ੇਰੀ ਦੇਣੀ ਸਾਰੇ ਦੇਸ਼ ਦੇ ਵਿੱਚ, ਚੱਲ ਉੱਥੇ ਵੀ ਰਿਹਾ, ਉਹਨਾਂ ਸੂਬਿਆਂ 'ਚ ਵੀ ਚੱਲ ਰਿਹਾ, ਪਰ ਪੰਜਾਬ ਦੇ ਸੰਘਰਸ਼ ਨੇ ਉਹਨਾਂ ਨੂੰ ਬਲ ਦੇਣਾ, એનર્ਜੀ ਦੇਣੀ ਆ, ਤਾਕਤ ਦੇਣੀ ਆ, ਸਾਰਾ ਦੇਸ਼ ਇਹਦੇ ਖਿਲਾਫ ਲੜੂ ਜਿਵੇਂ ਦੇਸ਼ ਦੀ ਆਜ਼ਾਦੀ ਦੀ ਲੜਾਈ ਵੇਲੇ। ਬਹੁਤ ਧੰਨਵਾਦ। ਆਖਰੀ ਕੋਟ ਹੈ ਸਰ ਕਿ ਇਹ ਜਥੇਬੰਦੀਆਂ ਦੇ ਥੱਲੇ ਸਾਰੇ ਇੱਕ ਝੰਡੇ ਦੇ ਚੱਲ ਰਹੇ ਹੈ, ਚਲੋ ਹਰੇਕ ਨੇ ਆਪਦੀ ਗੱਲ ਜਿਵੇਂ ਇਹਨਾਂ ਨੇ ਵੀ ਰੱਖੀ, ਬਹੁਤ ਲਾਜ਼ਮੀ ਸੁਣਨੀ ਵੀ ਚਾਹੀਦੀ ਹੈ ਸਾਨੂੰ, ਤਾਂ ਅੱਗੇ ਦੀ ਰੂਪਰੇਖਾ 7 ਤੋਂ ਬਾਅਦ ਫਿਰ ਜਥੇਬੰਦੀਆਂ ਦੀ ਕਾਲ ਤੋਂ ਬਾਅਦ ਤੈਅ ਹੋਊਗੀ। ਹਾਂ, ਪਰਸੋਂ ਨੂੰ ਮੀਟਿੰਗ ਹੈ ਜੀ, ਉਸ ਮੀਟਿੰਗ ਦੇ ਵਿੱਚ ਅਗਲਾ ਕੀ ਹੁੰਦਾ ਹੈ, ਹਾਂ,
जे मैं थोनू अज ही दस दिया फिर मीटिंग करन दा की फायदा, ठीक है ना। मीटिंग दे विच सारयां दी सर्व सांझी राय जिहड़ी भी होऊगी ਉਹ ਉਹਦੇ 'ਚ ਰੱਖੀ ਜਾਊਗੀ। ਲਾਸਟ ਗੱਲ ਜਿਹੜੀ ਕਾਨੂੰਨ ਦੀ ਚੱਲਦੀ ਸੀਗੀ, ਮੈਂ ਉਹਦੇ 'ਚ ਇਹ ਕਹਿਣਾ ਚਾਹੁੰਦਾ ਵੀ ਸਾਡੇ ਦੇਸ਼ ਦੀ ਜਿਹੜੀ ਡੈਮੋਕ੍ਰੇਸੀ ਹੈ ਇਹਨੂੰ ਪਾਰਲੀਮੈਂਟਰੀ ਡੈਮੋਕ੍ਰੇਸੀ ਕਹਿੰਦੇ ਆ, ਵੀ ਜਿਹੜੇ ਪਾਰਲੀਮੈਂਟ ਮੈਂਬਰਸ ਹੈ ਉਹ ਲੋਕਾਂ ਨੂੰ ਰਿਪ੍ਰੈਜੈਂਟ ਕਰਦੇ ਆ, ਇਹ ਕਿਹਾ ਜਾਂਦਾ ਹੈ। ਇਹਦਾ ਮਤਲਬ ਹੈ ਵੀ ਲੋਕ ਉੱਪਰ ਨੇ, ਉਹ ਨੁਮਾਇੰਦੇ ਹੈ ਜਿਹੜੇ ਪਾਸ ਕਰਦੇ। ਜਦੋਂ ਲੋਕ ਹੀ ਪਾਸ ਕਰਦੇ ਆ ਵੀ ਇਹ ਕਾਨੂੰਨ ਸਾਡੇ ਹੱਕ ਨਹੀਂ, ਅਸੀਂ ਇਹਨਾਂ ਨੂੰ ਰੱਦ ਕਰਦੇ ਹਾਂ, ਫਿਰ ਉਹ ਉਹਨਾਂ ਦੇ ਨੁਮਾਇੰਦਿਆਂ ਦੇ ਪਾਸ ਕਰੇ ਹੋਏ ਦਾ ਕੀ ਅਰਥ ਰਹਿ ਜਾਂਦਾ? ਇਹਦਾ ਮੋਰਲ ਪਹਿਲੂ ਹੈ। ਜਿਹੜਾ ਅਸੀਂ ਕੈਪਟਨ ਸਾਹਿਬ ਦੀ ਵੀ ਗੱਲ ਕਰਦੇ ਆ, ਜਦੋਂ CAA ਕਾਨੂੰਨ ਬਣਾਤਾ, ਰਾਸ਼ਟਰਪਤੀ ਨੇ ਵੀ ਸਾਈਨ ਕਰਤੇ, ਜਦੋਂ 11 ਅਸੈਂਬਲੀਆਂ ਨੇ ਮਤਾ ਪਾਸ ਕਰ ਦਿੱਤਾ ਵੀ ਅਸੀਂ ਆਪਣੇ ਸੂਬਿਆਂ 'ਚ CAA NRC ਤੇ NPR ਲਾਗੂ ਨਹੀਂ ਕਰਾਂਗੇ, ਤਾਂ ਮੋਦੀ ਦੀ ਜਿਹੜੀ ਮੋਰਲ ਫੋਰਸ ਹੈ ਉਹ ਅੱਧੀ ਦੀ ਬਜਾਏ ਦਸਵਾਂ ਹਿੱਸਾ ਵੀ ਨਹੀਂ ਸੀ ਰਹੀ, ਆਕੜਿਆ ਰਿਹਾ, ਪਰ ਉਹ ਉਸ ਤਰ੍ਹਾਂ ਦਾ ਰਿਪਰੈਸ਼ਨ ਨਹੀਂ ਕਰ ਸਕਿਆ ਜਿਹਾ ਜਿਹਾ ਉਹ ਕਰਨਾ ਚਾਹੁੰਦਾ ਸੀਗਾ। ਸੋ ਇਹ ਜਿਹੜੀ ਵਿੱਲ ਹੈ ਲੋਕਾਂ ਦੀ ਵਿੱਲ, ਉਸ ਵਿੱਲ ਦੀ ਰਿਪ੍ਰੈਜੈਂਟੇਸ਼ਨ ਹੋਊਗੀ ਇਹ ਅਸਲ 'ਚ। ਅਸਲੀ ਪਾਰਲੀਮੈਂਟ ਲੋਕਾਂ ਦੀ ਪਾਰਲੀਮੈਂਟ ਹੈ, ਉਹ ਪਾਰਲੀਮੈਂਟ ਨਹੀਂ। ਅਸੀਂ ਇਹ ਲੋਕਾਂ ਦੀ ਪਾਰਲੀਮੈਂਟ ਨੂੰ ਐਸਟੈਬਲਿਸ਼ ਕਰਨਾ ਚਾਹੁੰਦੇ ਹਾਂ, ਕਾਨੂੰਨੀ ਮਹੱਤਵ ਜਿਹੜਾ ਹੋਵੇ ਨਾ ਹੋਵੇ ਕੋਈ ਗੱਲ ਨਹੀਂ। ਬਿਲਕੁਲ ਠੀਕ ਹੈ। ਤਾਂ ਸਾਡੇ ਜੇ ਅਸੀਂ ਧਾਰਮਿਕ ਮੁਲਕਾਂ 'ਚ ਤਾਂ ਬੁੱਧ ਦਾ ਵੀ ਸਿਧਾਂਤ ਹੈ, ਇਹ ਸਿੱਖੀਜ਼ਮ ਦਾ ਵੀ ਇਹੀ ਸਿਧਾਂਤ ਹੈ ਕਿ ਲੋਕ ਸਭ ਤੋਂ ਉੱਤੇ ਨੇ, ਔਰ ਇਹ ਫਿਰ ਸਾਡੀ ਡੈਮੋਕ੍ਰੇਸੀ ਦਾ ਵੀ ਇਹੀ ਸਿਧਾਂਤ ਹੈ ਕਿ ਲੋਕ ਉੱਤੇ ਨੇ। ਤੇ ਜੇ ਲੋਕ ਚਾਹ ਰਹੇ ਆ ਵੀ ਇਹ ਖਤਮ ਹੋਣ, ਤਾਂ ਫਿਰ ਪ੍ਰਧਾਨ ਮੰਤਰੀ ਇਹਦੇ ਬਾਰੇ ਕਿਉਂ ਨਹੀਂ ਸੋਚਦੇ, ਫਿਰ ਅੜੇ ਕਿਉਂ ਹੋਏ ਆ? ਅੱਜ ਦੀ ਇਸ ਚਰਚਾ 'ਚ ਇੰਨਾ ਹੀ। ਇਜਾਜ਼ਤ ਦਿਓ ਮੁੱਲਾਂਪੁਰ ਤੋਂ, ਕੈਮਰਾ ਪਰਸਨ ਦੇਸਰਾਜ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ।